सवाल पंजाब दा अज अमृतपाल नूं लैके है। सो ए एमए इक गल्ला है अपने आप नूं डिफेंड करन दी कोशिश ना करन, ए मिलके राजनीति हो रही है कि है सेंट्रल फोर्सेस और सेंटर दीयां एजेंसियां दे राही हो रही है। ਤਾਂ ਉਸ ਤੋਂ ਪਹਿਲਾਂ ਇੱਕ ਵੀ ਜਿਹੜਾ ਹੈਗਾ ਕਾਰਵਾਈ ਇਹਨਾਂ ਦੇ ਖਿਲਾਫ ਕਿਉਂ ਨਹੀਂ ਕੀਤੀ, ਕਿਉਂ ਨਹੀਂ ਕਿਸੇ ਇੰਟੈਲੀਜੈਂਸ ਜਿਹੜੀ ਹੈਗੀ ਆ ਏਜੰਸੀ ਨੇ ਜਿਹੜਾ ਹੈਗਾ ਇਹਦੇ ਖਿਲਾਫ ਰਿਪੋਰਟ ਦਿੱਤੀ। ਐਵੇਂ ਗੱਲਾਂ ਕਰਨੀਆਂ ਜਿਹੜੀਆਂ ਹੈਗੀਆਂ ਦੂਸਰੇ ਦੱਸਣਾ ਅਨਲੌਜਿਕ ਗੱਲਾਂ ਕਰਦੇ ਆ ਜੀ, ਇਹਨਾਂ ਇਹ ਹਾਸ਼ੀਏ 'ਤੇ ਆ ਗਏ ਜੀ। ਇਹ ਜਿਵੇਂ 45 ਸੀਟਾਂ ਲਈ ਬੈਠੇ ਹੁੰਦੇ ਆ ਜੀ, ਹੈ ਆਪਣੇ ਕੋਲ ਇੱਕ ਨਹੀਂ ਹੈਗੀ ਤੇ ਸਾਡੇ ਕੋਲ ਤਾਂ ਚਲੋ 3 ਹੈਗੀਆਂ ਹਾਲੇ। ਸੋ ਇਹੀਆਂ ਜਿਹੀਆਂ ਗੱਲਾਂ ਨਹੀਂ ਲੱਗਣ ਸਾਹਿਬ, ਤੁਸੀਂ ਬਹੁਤ ਸੀਨੀਅਰ ਆਫੀਸਰ ਰਹੇ ਆ। ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਖਿਲਾਫ ਜਿਹੜਾ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਤੇ ਸੁਪਰੀਮ ਕੋਰਟ ਨੇ ਕਿਹਾ ਕਿ ਤੁਸੀਂ ਕਹਿ ਸਕਦੇ ਆ, ਹਰ ਬੰਦੇ ਨੂੰ ਹੱਕ ਹੈਗਾ ਆਪਣੀ ਗੱਲ ਕਹਿਣ ਦਾ, ਕਨਸਟੀਟਿਊਸ਼ਨ ਦੇ ਮੁਤਾਬਕ ਆਪਣੀ ਡਿਮਾਂਡ ਰੱਖਣ ਦਾ, ਠੀਕ ਹੈ, ਪਰ ਪੀਸਫੁਲੀ। ਜਿਹਨੂੰ ਮਰਜ਼ੀ ਫੜ ਕੇ ਤੁਸੀਂ ਨੈਸ਼ਨਲ ਸਿਕਿਉਰਿਟੀ ਐਕਟ 'ਚ ਅੰਦਰ ਕਰ ਦਿਓ, ਕੋਈ ਸੁਣਵਾਈ ਨਹੀਂ। 3 ਮਹੀਨਿਆਂ ਬਾਅਦ ਬੋਰਡ ਦੇ ਪੇਸ਼ ਹੋਣਾ ਆ, ਬੋਰਡ ਸਰਕਾਰਾਂ ਦਾ ਹੁੰਦਾ, ਉਹਨੇ ਕਦੀ ਤੁਹਾਨੂੰ ਕੋਈ ਇਨਸਾਫ਼ ਨਹੀਂ ਦੇਣਾ, ਅਦਾਲਤ ਵਿੱਚ ਤੁਸੀਂ ਜਾ ਨਹੀਂ ਸਕਦੇ। ਇਹ ਕਿੰਨਾ ਕੁ ਕਾਨੂੰਨੀ ਆ, ਕਿੰਨੀ ਕੁ ਕਾਨੂੰਨ ਦੀ ਪਾਲਣਾ ਆ, ਗੱਲ ਫਿਰ ਉੱਥੇ ਹੀ ਆ ਜਾਂਦੀ ਆ ਕਿ ਸਿੱਖਾਂ ਨੂੰ ਮੋਹਰਾ ਚਿਹਰਾ ਬਣਾ ਕੇ ਆ ਹੁਣ ਮਤਲਬ ਇੱਕ SSP ਲੈਵਲ ਰੈਂਕ ਦੀ ਆਫਿਸਰ ਆ, ਲੇਡੀ ਆਫਿਸਰ ਆ, ਉਹ ਖਾਲਸਾ ਰਾਜ ਦੀਆਂ ਨਿਸ਼ਾਨੀਆਂ ਨੂੰ ਹੁਗਾ ਬਣਾ ਕੇ, ਵੇਖੋ ਜੀ ਇਹ ਖਾਲਿਸਤਾਨ ਬਣਾਉਣਾ ਚਾਹੁੰਦੇ ਆ ਜੀ, ਆ ਖਾਲਿਸਤਾਨ ਦੇ ਝੰਡੇ ਆ ਜੀ। ਇਹ ਮਾਰਚ ਸ਼ੁਰੂ ਵਿੱਚ ਹਰਸਿਮਰਤ ਕੌਰ ਬਾਦਲ ਨੇ 4 ਮਾਰਚ ਨੂੰ ਪਾਰਲੀਮੈਂਟ ਦੇ ਬਾਹਰ ਇੱਕ ਬਿਆਨ ਦਿੱਤਾ ਸੀ ਕਿ ਪੰਜਾਬ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਹਿੰਦੁਸਤਾਨ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਸਰਕਾਰ ਕੁਛ ਨਹੀਂ ਕਰ ਰਹੀ। ਪੜ੍ਹੇ ਲਿਖੇ ਤਾਂ ਬਹੁਤ ਹੈਗੇ ਆ, ਇਹਨਾਂ ਨੂੰ ਕਹੋ GBS ਸਿੱਧੂ ਦੀ ਕਿਤਾਬ ਪੜ੍ਹ ਲੈਣ, ਇਹ ਕਿ ਕਿਸ ਤਰ੍ਹਾਂ ਇਹਨਾਂ ਨੇ ਜਿਹੜਾ ਹੈਗਾ 1984 ਤੋਂ ਪਹਿਲਾਂ ਕਿਸ ਤਰ੍ਹਾਂ ਦੇ ਹਾਲਾਤ ਬਣਾਏ ਗਏ, ਸਾਰਾ ਕੁਝ ਤਾਂ ਇਹਨਾਂ ਦੇ ਉੱਤੇ ਪਰਚੇ ਦਰਜ ਹੋਣੇ ਚਾਹੀਦੇ ਸੀ। ਪੁਲਿਸ ਜਿਹੜੀ ਹੈਗੀ ਆ ਉਹ ਖਾਲਿਸਤਾਨ ਦੇ ਝੰਡੇ ਦੱਸ ਰਹੀ ਆ, ਕਿਸੇ ਚੀਜ਼ ਨੂੰ ਦੱਸਦੀ ਆ, ਉਹ ਮਹਾਰਾਜਾ ਰਣਜੀਤ ਸਿੰਘ ਜਿਹਨਾਂ ਨੇ ਸਾਰਾ 50 ਸਾਲ ਰਾਜ ਜਿਹੜਾ ਹੈਗਾ ਇਹ ਅਫਗਾਨਿਸਤਾਨ ਤੱਕ ਕਰਿਆ, ਉਸਦੇ ਝੰਡੇ ਦੇ ਉੱਤੇ ਉਸਦੇ ਉਰਦੂ ਦੇ ਵਿੱਚ ਲਿਖੇ ਅਕਾਲ ਸਾਹਿਬ ਦੇ ਉੱਤੇ ਕਿਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਗਈਆਂ ਤੁਹਾਡੇ ਸਾਹਮਣੇ ਹੈ, ਉਹਦੇ ਪਿੱਛੇ ਕੀ ਸਿਰਜਣਾ ਸਿਰਜੀ ਜਾ ਰਹੀ ਹੈ ਇਹ ਸੋਚਣ ਵਾਲੀ ਗੱਲ ਹੈ। ਦੂਜੀ ਗੱਲ ਹੈਗੀ ਆ ਕਿ ਜਿਹੜਾ ਆਪਣਾ ਅੰਮ੍ਰਿਤਪਾਲ ਹੈ ਉਹ ਵੀ ਫੜਿਆ ਜਾਣਾ ਚਾਹੀਦਾ ਹੈਗਾ ਆ, ਚਾਹੀਦਾ। ਸਵਾਲ ਪੰਜਾਬ ਦਾ ਅੱਜ ਅੰਮ੍ਰਿਤਪਾਲ ਨੂੰ ਲੈ ਕੇ ਹੈ। ਅੰਮ੍ਰਿਤਪਾਲ ਜਿਹੜਾ ਤਕਰੀਬਨ 23-24 ਦਿਨਾਂ ਤੋਂ ਫਰਾਰ ਚੱਲ ਰਿਹਾ, ਜਿਸ ਦੀ ਭਾਲ ਪੰਜਾਬ ਦੀ ਪੁਲਿਸ ਕਰ ਰਹੀ ਹੈ, ਹਰਿਆਣੇ ਦੀ ਕਰ ਰਹੀ ਹੈ, ਦਿੱਲੀ ਦੀ ਕਰ ਰਹੀ ਹੈ, ਵੱਖ ਵੱਖ ਸਟੇਟਸ ਦੀ ਪੁਲਿਸ ਉਸਦੀ ਭਾਲ ਕਰ ਰਹੀ ਹੈ। ਪਰ ਅੱਜ ਇੱਕ ਸਵਾਲ ਖੜ੍ਹਾ ਹੋ ਗਿਆ ਕਿਉਂਕਿ ਉਸਦਾ ਸਾਥੀ ਜਾਂ ਕਹੀਏ ਹਮਰਾਜ ਪਪਲਪ੍ਰੀਤ ਸਿੰਘ, ਉਸਨੂੰ ਪੰਜਾਬ ਪੁਲਿਸ ਨੇ ਪੰਜਾਬ ਤੋਂ ਹੀ ਕੱਥੂ ਨੰਗਲ ਤੋਂ ਗ੍ਰਿਫਤਾਰ ਕਰ ਲਿੱਤਾ। ਸਵਾਲ ਇਹ ਹੈ, ਵੈਸੇ ਤਾਂ ਕਹਿੰਦੇ ਸੀ ਕਿ ਨੇਪਾਲ ਦੀ ਪੁਲਿਸ ਜਿਹੜੀ ਹੈ ਉੱਥੇ ਵੀ ਉਹਨਾਂ ਨੇ ਜਿਹੜੀ ਹੈ ਚੌਕਸੀ ਵਧਾਤੀ ਹੈਗੀ ਹੈ, ਬਿਹਾਰ ਵਾਲੇ ਪਾਸੇ ਬਾਰਡਰ 'ਤੇ ਚੌਕਸੀ ਹੋ ਗਈ, ਦਿੱਲੀ ਦੇ ਵਿੱਚ ਚੌਕਸੀ ਹੋ ਗਈ, ਸਭ ਥਾਂ ਘੁੰਮ ਲਿਆ, ਇਹ ਤਾਂ ਇੱਥੇ ਮਿਲ ਗਿਆ। ਜੇ ਹਮਰਾਜ ਪੰਜਾਬ 'ਚ ਹੀ ਘੁੰਮ ਰਿਹਾ ਆਪਣੇ ਹੀ ਇਲਾਕੇ ਕੱਥੂ ਨੰਗਲ ਦੇ ਵਿੱਚ, ਤਾਂ ਅੰਮ੍ਰਿਤਪਾਲ ਕਿੱਥੇ ਹੈ? ਸੋ ਇੱਕ ਗ੍ਰਿਫਤਾਰ ਅਤੇ ਇੱਕ ਫਰਾਰ, ਮਾਸਟਰ ਮਾਈਂਡ ਜਾਂ ਜੋ ਵੀ ਕੁਛ ਕਹੋ, ਕਿਉਂਕਿ ਜਿਸ ਦੇ ਉੱਪਰ ਸਾਰਾ ਮਾਮਲਾ ਹੈ ਉਹ ਅਜੇ ਫਰਾਰ ਹੈ, ਪਰ ਕਦੋਂ ਤੱਕ ਫਰਾਰ ਰਹੇਗਾ? ਸਵਾਲ ਇਹ ਹੈ, ਪਪਲਪ੍ਰੀਤ ਦੇ ਫੜ ਤੋਂ ਬਾਅਦ, ਯਾਨੀ ਜਦੋਂ ਪਕੜ ਦੇ ਵਿੱਚ ਆ ਚੁੱਕਾ ਹੈ, ਹੁਣ ਵੱਡੇ ਖੁਲਾਸੇ ਕੀ ਹੋ ਸਕਦੇ ਆ? ਕੀ ਸਾਰੀ ਕਹਾਣੀ ਜਿਹੜੀ ਉਹ ਸਾਹਮਣੇ ਆ ਸਕਦੀ ਹੈ? ਅੰਮ੍ਰਿਤਪਾਲ ਕਦੋਂ ਹੁਣ ਗ੍ਰਿਫਤ ਦੇ ਵਿੱਚ ਹੋਏਗਾ? ਇਹ ਵੱਡਾ ਸਵਾਲ ਖੜ੍ਹਾ ਹੋ ਗਿਆ। ਕਿੰਨੇ ਦਿਨਾਂ ਤੱਕ ਹੁਣ ਹੋਰ ਭੱਜ ਪਾਏਗਾ, ਪੁਲਿਸ ਉਸਨੂੰ ਚੇਜ਼ ਕਰੇਗੀ? ਕਿਉਂਕਿ ਅੱਜ ਹੀ ਅੰਮ੍ਰਿਤਸਰ ਪਹੁੰਚੇ DGP ਗੌਰਵ ਯਾਦਵ, ਕਹਿੰਦੇ ਨੇ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਬਿਲਕੁਲ ਠੀਕ ਠਾਕ ਹੈ। ISI ਦੇ ਇਸ਼ਾਰੇ 'ਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਹੋ ਰਹੀ ਹੈ, ਪਰ ਅੰਮ੍ਰਿਤਪਾਲ ਨੂੰ ਹਰ ਹਿੱਲੇ ਗ੍ਰਿਫਤਾਰ ਕਰਾਂਗੇ। ਸੋ ਕਿੰਨੇ ਦਿਨ ਪੁਲਿਸ ਦਾ ਇਹ ਆਪਰੇਸ਼ਨ ਹੋਰ ਚੱਲੇਗਾ? ਭਾਲ ਮੁੱਕ ਜਾਏਗੀ, ਗ੍ਰਿਫਤਾਰ ਹੋਵੇਗਾ ਅੰਮ੍ਰਿਤਪਾਲ, ਅਤੇ ਕਦੋਂ ਹੋਵੇਗਾ, ਕਿੱਥੋਂ ਹੋਵੇਗਾ, ਜਾਂ ਪੰਜਾਬ ਦੇ ਕਿਸੇ ਇਲਾਕੇ 'ਚ ਕੱਲ੍ਹ, ਪਰਸੋਂ, ਤਰਸੋਂ, ਮਤਲਬ ਕਿ 2-4 ਦਿਨਾਂ 'ਚ ਉਸਦੀ ਗ੍ਰਿਫਤਾਰੀ ਵੀ ਹੋ ਸਕਦੀ ਹੈ? ਸਵਾਲ ਅਹਿਮ ਇਸ ਕਰਕੇ ਹੈ ਕਿਉਂਕਿ ਪੰਜਾਬ ਦਾ ਮਾਹੌਲ ਜੋ ਇਹਨਾਂ ਦੀ ਨਹੀਂ ਬਣਿਆ ਹੋਇਆ, ਜਿਸ ਨੂੰ ਕਹਿੰਦੇ ਬੜਾ ਖੌਫਨਾਕ ਹੈ ਜੀ, ਬਹੁਤ ਜ਼ਿਆਦਾ ਸਟ੍ਰੈਸਡ ਹੈ, ਉਹ ਜਿਸ ਕਰਕੇ ਹੈ ਸਿਰਫ ਹੁਣ ਉਹ ਰਹਿ ਗਿਆ, ਕਿਉਂਕਿ ਹਮਰਾਜ ਜਿਹੜਾ ਹੈ ਅੜਿੱਕੇ ਆ ਗਿਆ।
अज इसी उपर चर्चा करांगे। छोटी जी रिपोर्ट उस तो पहला देख लें। अठारह मार्च तो दस अप्रैल तक अमृतपाल दियां कई तस्वीरां सामने आईयां अते उन्हां तस्वीरां दे विच एक चेहरा अमृतपाल दे नाल सी ते ओह सी पप्पलप्रीत जो उसकी जथेबंदी का करता धरता सी ते हुण ओह अमृतपाल दे नाल नहीं दिखेगा जे दिखेगा तो सिर्फ सलाखां दे पिछे क्योंकि पप्पलप्रीत हुण पुलिस की गिरफ्त विच है। शाहकोट तो हरियाणा दिल्ली तक इकट्ठे घूमण तो बाद पप्पलप्रीत अमृतसर तो गिरफ्तार होया अते कत्थू नंगल तो अमृतसर रूरल पुलिस ने पप्पलप्रीत नूं गिरफ्तार कीता। ਕੰਪੀਸ਼ਨ ਚੱਲ ਰਿਹਾ ਸੀਗਾ ਪੱਪਲਪ੍ਰੀਤ ਸਿੰਘ ਜਿਹੜਾ ਮੇਨ ਐਸੋਸੀਏਟ ਆ ਅੰਮ੍ਰਿਤਪਾਲ ਸਿੰਘ ਦਾ ਉਹਨੂੰ ਪੰਜਾਬ ਪੁਲਿਸ ਨੇ ਔਰ ਖਾਸ ਕਰਕੇ ਅੰਮ੍ਰਿਤਸਰ ਰੂਰਲ ਪੁਲਿਸ ਨੇ ਕੱਥੂ ਨੰਗਲ ਦੇ ਏਰੀਏ ਤੋਂ ਗ੍ਰਿਫਤਾਰ ਕੀਤਾ ਹੈ। ਪੱਪਲਪ੍ਰੀਤ ਨੂੰ ਐਨਐਸਏ ਤਹਿਤ ਗ੍ਰਿਫਤਾਰ ਕੀਤਾ ਗਿਆ ਨਾਲ ਹੀ 6 ਹੋਰ ਮਾਮਲੇ ਵੀ ਪੱਪਲਪ੍ਰੀਤ ਤੇ ਦਰਜ ਕੀਤੇ ਗਏ ਨੇ। ਪੱਪਲਪ੍ਰੀਤ ਸਿੰਘ ਨੂੰ ਡਿਟੇਨ ਕੀਤਾ ਗਿਆ ਐਨਐਸਏ ਦੇ ਵਿੱਚ ਗ੍ਰਿਫਤਾਰੀ ਜਿਹੜੀ ਪਏਗੀ ਐਨਐਸਏ ਦੇ ਤਹਿਤ ਉਹ ਗ੍ਰਿਫਤਾਰੀ ਪਏਗੀ। ਇਸ ਤੋਂ ਇਲਾਵਾ ਇਹ 6 ਹੋਰ ਕੇਸਿਸ ਦੇ ਵਿੱਚ ਵਾਂਟਡ ਆ। ਪੱਪਲਪ੍ਰੀਤ ਕੌਣ ਹੈ ਪੁਲਿਸ ਨੂੰ ਲੋੜਿੰਦਾ ਕਿਉਂ ਸੀ ਇੱਕ ਵਾਰ ਇਹ ਵੀ ਦੱਸਦੇ ਆ। ਅੰਮ੍ਰਿਤਪਾਲ ਦਾ ਬੇਹੱਦ ਕਰੀਬੀ ਹੈ ਪੱਪਲਪ੍ਰੀਤ। ਪੱਪਲਪ੍ਰੀਤ ਸਿੰਘ ਅੰਮ੍ਰਿਤਪਾਲ ਦੀ ਜਥੇਬੰਦੀ ਦਾ ਕਰਤਾ ਧਰਤਾ ਹੈ। ਪੱਪਲਪ੍ਰੀਤ ਅੰਮ੍ਰਿਤਪਾਲ ਸਿੰਘ ਦੇ ਨਾਲ ਹੀ ਫਰਾਰ ਹੋਇਆ ਸੀ। ਸ਼ੁਰੂ ਤੋਂ ਲੈ ਕੇ ਹੁਣ ਤੱਕ ਅੰਮ੍ਰਿਤਪਾਲ ਦੇ ਨਾਲ ਰਹਿਣ ਵਾਲਾ ਪੱਪਲਪ੍ਰੀਤ ਹੁਣ ਪੁਲਿਸ ਦੀ ਗ੍ਰਿਫਤ ਵਿੱਚ ਹੈ। ਕਿਆਸਤ ਤਾਂ ਲਗਾਏ ਜਾ ਰਹੇ ਸੀ ਕਿ ਅੰਮ੍ਰਿਤਪਾਲ ਤੇ ਪੱਪਲਪ੍ਰੀਤ ਨੇਪਾਲ ਦੇ ਵਿੱਚ ਨੇ, ਕੋਈ ਕਿੱਥੇ ਤੇ ਕੋਈ ਕਿੱਥੇ, ਪਰ ਹੁਣ ਨਹੀਂ, ਨਾ ਹਰਿਆਣਾ ਨਾ ਦਿੱਲੀ ਤੇ ਨਾ ਹੀ ਨੇਪਾਲ, ਕਿੱਥੇ ਹੈ ਅੰਮ੍ਰਿਤਪਾਲ? ਕੀ ਪੱਪਲਪ੍ਰੀਤ ਵਾਂਗ ਪੰਜਾਬ ਦੇ ਵਿੱਚ ਹੀ ਹੈ ਅੰਮ੍ਰਿਤਪਾਲ? ਇਹ ਸਵਾਲ ਸਾਡਾ, ਇਹ ਸਵਾਲ ਤੁਹਾਡਾ, ਇਹ ਸਵਾਲ ਪੰਜਾਬ ਦਾ। ਅੰਮ੍ਰਿਤਸਰ ਤੋਂ ਮਨਜਿੰਦਰ ਦੇ ਨਾਲ, ਚੰਡੀਗੜ੍ਹ ਤੋਂ ਦਮਨਪ੍ਰੀਤ ਸਿੰਘ ਦੀ ਰਿਪੋਰਟ। ਸਵਾਲ ਇਹੀ ਤਾਂ ਸਾਰੇ ਪੰਜਾਬ ਦਾ ਹੈ ਕਿ ਕਿੱਥੇ ਹੈ ਅੰਮ੍ਰਿਤਪਾਲ, ਕਿਉਂਕਿ ਜਦੋਂ ਪੱਪਲਪ੍ਰੀਤ ਗ੍ਰਿਫਤ ਦੇ ਵਿੱਚ ਆ ਗਿਆ ਇਸ ਤੋਂ ਪਹਿਲਾਂ ਇਹ ਸਭ ਕੁਝ ਮੈਨੇਜ ਵੀ ਇਹੀ ਕਰਦਾ ਸੀਗਾ ਅੰਮ੍ਰਿਤਪਾਲ ਦੇ ਲਈ, ਭਾਵੇਂ ਮੀਡੀਆ ਦੇ ਨਾਲ ਗੱਲਬਾਤ ਕਰਨੀ, ਰਾਬਤੇ ਕਾਇਮ ਕਰਵਾਉਣੀ ਜਾਂ ਜੋ ਵੀ। ਪਰ ਤੁਸੀਂ ਜਿਹੜੀ ਤਸਵੀਰਾਂ ਵੇਖੀਆਂ ਜਿਸ ਦੇ ਵਿੱਚ ਐਨਰਜੀ ਡਰਿੰਕ ਪੀਂਦਾ ਦਿਖਾਈ ਦੇ ਰਿਹਾ, ਉਹ ਜੁਗਾੜੂ ਰੇੜੀ ਦੇ ਉੱਪਰ ਬੈਠ ਕੇ ਜਾਂਦਾ ਦਿਖਾਈ ਦੇ ਰਿਹਾ, ਪਟਿਆਲੇ ਦੀ ਤਸਵੀਰਾਂ ਆਈਆਂ, ਸ਼ਾਹਕੋਟ ਤੋਂ ਸ਼ਾਹਬਾਦ ਦੀਆਂ ਤਸਵੀਰਾਂ ਆਈਆਂ, ਹਰ ਥਾਂ ਇਹ ਨਾਲ ਸੀਗਾ। ਜੇ ਇੰਨੀ ਥਾਵਾਂ 'ਤੇ ਇਕੱਠੇ ਘੁੰਮ ਲਏ ਮੁੜ ਕੇ ਫਿਰ ਇਹ ਪੰਜਾਬ ਦੇ ਵਿੱਚ ਹੀ ਆ ਗਏ। ਹੁਣ ਐਨਰਜੀ ਡਰਿੰਕ ਪਤਾ ਨਹੀਂ ਕਿਹੜੀ ਪੀਤੀ ਸੀ, ਜ਼ਿਆਦਾ ਦੂਰ ਤੱਕ ਜਾ ਨਹੀਂ ਸਕੇ, ਵਾਪਸ ਮੁੜ ਕੇ ਆ ਗਏ। ਪਰ ਸਵਾਲ ਖੜਾ ਇਹ ਹੋ ਰਿਹਾ, ਅੰਮ੍ਰਿਤਪਾਲ ਕਿੱਥੇ ਹੈ? ਉਹਨਾਂ ਲੈਟਰ ਵੇਨ, ਪਰ ਸੀਰੀਅਸ ਮੈਟਰ ਜਿਹੜਾ ਪੰਜਾਬ ਦੇ ਲੋਕਾਂ ਦੇ ਮੂਹਰੇ ਹੈ, ਕਿਉਂਕਿ ਹਰ ਦਿਨ ਜਦੋਂ ਸਵਾਲ ਖੜਾ ਹੋ ਜਾਂਦਾ ਕਿ ਅੰਮ੍ਰਿਤਪਾਲ ਦੇ ਕਰਕੇ ਪਿਛਲੇ 23-24 ਦਿਨਾਂ ਤੋਂ ਨਾਕੇਬੰਦੀ ਲੱਗੀ ਹੋਈ ਹੈ ਤੁਹਾਡੇ ਘਰ ਦੇ ਬਾਹਰ, ਜਥੇਦਾਰ ਸਾਹਿਬ ਨੇ ਸਵਾਲ ਚੁੱਕ ਦਿੱਤੇ, ਵਿਸਾਖੀ ਦਾ ਤਿਉਹਾਰ ਆ ਗਿਆ, ਇੰਨੀ ਪੁਲਿਸ ਕਾਹਤੋਂ ਲਗਾਈ ਹੈ? ਸੋ ਸਵਾਲ ਬੜੇ ਨੇ। ਹੁਣ ਇਹੀ ਅੰਮ੍ਰਿਤਸਰ ਦੇ ਵਿੱਚ ਵੀ ਜਿਹੜਾ ਫਲੈਗ ਮਾਰਚ ਹੁੰਦਾ, ਉੱਥੇ ਵੀ ਪੁਲਿਸ ਲੱਗੀ ਹੋਈ ਹੈ ਕਾਨੂੰਨ ਵਿਵਸਥਾ ਨੂੰ ਸੰਭਾਲਣਾ। ਸੋ ਸਵਾਲ ਜਿਸ ਦੇ ਕਰਕੇ ਅੱਜ ਸਵਾਲ ਉਸੇ ਦਾ ਹੀ ਹੈਗਾ। ਖਾਸ ਤੌਰ 'ਤੇ ਮਹਿਮਾਨ ਜੁੜ ਗਏ ਨੇ ਐਡਵੋਕੇਟ ਅਮਰਦੀਪ ਧਾਰਨੀ ਸਾਹਿਬ, ਸ਼੍ਰੋਮਣੀ ਅਕਾਲੀ ਦਲ ਤੋਂ, ਜਗਮੀਤ ਢਿੱਲੋਂ ਸਾਹਿਬ ਕਾਂਗਰਸ ਪਾਰਟੀ ਤੋਂ, ਪ੍ਰਭਜੀਤ ਸਿੰਘ ਜੀ ਸੀਨੀਅਰ ਲਾਇਰ ਸਾਡੇ ਨਾਲ ਜੁੜੇ ਨੇ, ਉਪਕਾਰ ਸਿੰਘ ਸੰਧੂ ਸਾਹਿਬ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ, ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਸਵਾਲ ਅੰਮ੍ਰਿਤਪਾਲ ਦਾ ਹੈਗਾ, ਪਰ ਪੱਪਲਪ੍ਰੀਤ ਨੂੰ ਲੈ ਕੇ ਹੈਗਾ, ਕਿਉਂਕਿ ਇਹ ਤਾਂ ਗ੍ਰਿਫਤ ਦੇ ਵਿੱਚ ਆ ਗਿਆ, ਅੜਿੱਕ ਕੇ ਆ ਗਿਆ, ਫੜਿਆ ਗਿਆ। ਕੱਥੂ ਨੰਗਲ ਦੇ ਟੋਲ ਪਲਾਜ਼ਾ ਦੀ ਆਪਾਂ ਜਦੋਂ ਗੱਲ ਕਰਦੇ ਹਾਂ, ਧਰਨੇ ਲੱਗੇ ਆ ਜੀ, ਉਸੀ ਇਲਾਕੇ ਵਾਲੇ ਪਾਸੋਂ ਜਿਹੜਾ ਹੈਗਾ ਇਸ ਨੂੰ ਫੜ ਲਿੱਤਾ ਗਿਆ। ਉਪਕਾਰ ਸਿੰਘ ਜੀ, ਕੋਈ ਰਿਐਕਸ਼ਨ, ਕਿਉਂਕਿ ਤੁਹਾਡੀ ਜਥੇਬੰਦੀ ਨਾਲ ਹੀ ਅਲਾਈਨਡ ਹੈਗੀ ਹੈ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨਾਲ, ਕਿ ਦੋਨੋਂ ਹੀ ਭੱਜੇ ਹੋਏ ਸੀਗੇ, ਕਿਤੇ ਨਾ ਕਿਤੇ ਓਪਰੇਸ਼ਨ ਅੰਮ੍ਰਿਤਪਾਲ ਚੱਲ ਰਿਹਾ ਸੀਗਾ, ਪੁਲਿਸ ਪਿੱਛੇ ਪਿੱਛੇ, ਦੋਨੋਂ ਅੱਗੇ ਅੱਗੇ, ਇੱਕ ਤਾਂ ਫੜ ਲਿਆ, ਇੱਕ ਰਹਿ ਗਿਆ? ਇਸ ਤਰ੍ਹਾਂ ਵੀ ਬੜਾ ਰਚਿਆ ਜਾ ਰਿਹਾ ਹੈ, ਇਹਨਾਂ ਨੂੰ ਤਰੀਕ ਨੂੰ ਫੜ ਲਿਆ ਗਿਆ ਸੀ, ਸ਼ਾਹਕੋਟ ਦੇ ਵਿੱਚ ਲਿਜਾ ਕੇ ਵੀਆਈਪੀ ਗੱਡੀ ਪਿਛਲੇ ਗੇਟ ਥਾਣੀ ਅੰਮ੍ਰਿਤਪਾਲ ਸਿੰਘ ਹੋਣਾ ਨੂੰ ਜਾਂ ਇਹਨਾਂ ਨੂੰ ਉਸ ਵੇਲੇ ਲੈ ਕੇ ਗਈ ਸੀ। ਮੇਰੇ ਸੋਰਸਸ, ਮੇਰੀ ਸਮਝ ਮੁਤਾਬਕ ਉਦੋਂ ਤੋਂ ਹੀ ਇਹ ਪੁਲਿਸ ਦੀ ਗ੍ਰਿਫਤ ਦੇ ਵਿੱਚ ਨੇ। ਠੀਕ ਹੈ, ਇਹ ਸਾਰਾ ਇੱਕ ਲੈਂਡ ਡਰਾਮਾ, ਉਹਨੂੰ ਵੋਟਾਂ ਦੀ ਲਾ ਲਓ, ਕਿਸਾਨ ਲਾ ਲਓ, ਉਹ ਰਚਿਆ ਜਾ ਰਿਹਾ ਤੇ ਕੌਮ ਦੀ ਦਿੱਖ ਵਿਗਾੜ ਕੇ ਆਲਰੇਡੀ ਪੁਲਿਸ ਕੋਲ ਸੀ। ਹੁਣ ਥੋੜੇ ਦਿਨਾਂ ਵਿੱਚ ਤੁਸੀਂ ਵੇਖੋਗੇ ਵੀ ਅੰਮ੍ਰਿਤਪਾਲ ਸਿੰਘ ਵੀ ਫੜਿਆ ਗਿਆ ਹੈ, ਮਤਲਬ ਇਹ ਸਭ ਕੁਛ ਉੱਥੋਂ 18 ਤਰੀਕ ਨੂੰ ਅੰਮ੍ਰਿਤਪਾਲ ਸਿੰਘ ਦੇ ਕੱਪੜੇ ਮਿਲ ਜਾਂਦੇ ਨੇ, ਪਰ ਜਿਹੜੀ ਗੱਡੀ ਦੇ ਵਿੱਚ ਉਹ ਗਿਆ, ਇੰਨੀ ਵੱਡੀ ਗੱਡੀ ਆ, ਉਹ ਗੱਡੀ ਪੁਲਿਸ ਨੂੰ ਨਹੀਂ ਮਿਲਦੀ। ਮਤਲਬ ਸਾਰਾ ਕੁਛ ਇੱਕ ਤਰ੍ਹਾਂ ਦਾ ਜਿਵੇਂ ਬਣਾ ਕੇ ਨਾ ਪਿਕਚਰ, ਇੰਡੀਆ ਦੇ ਵਿੱਚ ਅਸੀਂ ਸਿੱਖ ਕੌਮ ਨੂੰ ਬਦਨਾਮ ਕਰਨਾ ਔਰ
मतलब जिहड़ियां धरावां कोई बणिया NSA नैशनल सिक्योरिटी एक्ट ला के ते मतलब सबक सिखाउण वाली गल जिहड़ी अगे हमेशा पिछे भी हुंदी रही आ उहो कुछ हुण हो रहा सर। मतलब कि तुसी कह रहे हो कि 18 तरीक नूं जदों पछाकोट वाले पासे जदों सारी गल कर रहे सीगे उदों ही जिहड़ा इह दोनों नूं फड़ लिता गया सीगा ते उस तों बाद पुलिस ने इहनूं दोनों नूं अपने कोल रख्या होया मेहमाननवाजी कर रही सीगी वख-वख थाईं घुमा रही सीगी पिक्चरां खिचा रही सी ते अज पेश करता इह कहना चाह रहे हो सर? जो भी कर रही सी जी आ ड्रामा ही आ भी उह कदी ते ਪੀਲੀ ਭੀਰ ਚਲੇ ਜਾਇਆ ਹੁਣ ਕੱਥੂ ਨੰਗਲ ਵੀ ਆ ਗਏ ਕਿੱਥੇ ਪੰਜਾਬ ਚ ਘੁੰਮ ਲਿਆ ਘੁੰਮ ਲਿਆ ਪੁਲਿਸ ਨੂੰ ਪਤਾ ਨਹੀਂ ਲੱਗਾ ਐਕਚੁਅਲੀ ਆਲਰੇਡੀ ਇਹਨਾਂ ਦੀ ਗ੍ਰਿਫਟ ਵਿੱਚ ਸੀ ਔਰ ਇੱਥੋਂ ਤੱਕ ਵੀ ਮਾੜਾ ਮੋਟਾ ਕਿਤੇ ਉਹ ਪਤਾ ਲੱਗਾ ਵੀ NIA ਦੇ ਕੋਲ ਦਿੱਲੀ ਦੇ ਵਿੱਚ ਸਨ ਉਹ ਜਿਹੜੀਆਂ ਪਿਕਚਰਸ ਵਿਖਾਈਆਂ ਜਾਂਦੀਆਂ ਰਹੀਆਂ ਕਿਸੇ ਵਿੱਚ ਵੀ ਇਹਨਾਂ ਦਾ ਕੋਈ ਕਲੀਅਰ ਚਿਹਰਾ ਨਹੀਂ ਵਿਖਾਇਆ ਜਾਂਦਾ ਰਿਹਾ ਜੇ ਅਸੀਂ ਕਿਤੇ ਅਰੈਸਟ ਕਰਦੇ ਹਾਂ ਮੰਨ ਲਓ ਅੱਜ ਜੇ ਕੱਥੂ ਨੰਗਲ ਤੋਂ ਅਰੈਸਟ ਕੀਤਾ ਆ ਤੇ ਬਾਕੀ ਸਾਰਾ ਕੁਝ ਤਾਂ ਅਸੀਂ ਵਿਖਾ ਦਿੰਦੇ ਹਾਂ ਕੋਈ CCTV ਕੈਮਰੇ ਜਾਂ ਕੋਈ ਫੜਨ ਲੱਗੀਆਂ ਵੀਡੀਓ ਬਣਾ ਦਿਓ ਉਹਨਾਂ ਦੇ ਵੀ ਉਹ ਦੌੜ ਗਿਆ ਮਗਰ ਪੁਲਿਸ ਲੱਗੀ ਆ ਉਹਨੂੰ ਫੜਨ ਜੀ ਹੁਣ ਫੜ ਲਿਆ ਜੀ ਮਤਲਬ ਸਿਰਫ ਇੱਕ ਦੱਸ ਹੀ ਦਿੱਤਾ ਜਾਂਦਾ ਉਹਨੂੰ ਪ੍ਰੈਜੈਂਟ ਕੀਤਾ ਥੋੜੇ ਦਿਨਾਂ ਬਾਅਦ ਅੰਮ੍ਰਿਤਪਾਲ ਸਿੰਘ ਨੂੰ ਹੀ ਕਰ ਦੇਣਗੇ। ਓਕੇ ਢਿੱਲੋਂ ਸਾਹਿਬ ਪੰਜਾਬ ਦੇ ਲੋਕਾਂ ਨੂੰ ਆਪਾਂ ਥੋੜ੍ਹਾ ਸਮਝਾਉਣਾ ਹੈ ਕਿ ਆਪਾਂ ਨੂੰ ਪਹਿਲੀ ਨਜ਼ਰ ਇਹ ਕੀ ਸਮਝ ਪੈ ਰਿਹਾ ਹੈ ਜਦੋਂ ਇਹ ਪੂਰੀ ਕਹਾਣੀ ਜਿਹੜੀ ਹੈਗੀ ਹੈ ਅਨਫੋਲਡ ਹੋ ਰਹੀ ਯਾਨੀ ਖੁੱਲ ਰਹੀ ਹੈ ਪਰਤਾਂ ਅਤੇ ਅੱਜ ਜਿਹੜੀ ਤਸਵੀਰ ਸਾਹਮਣੇ ਆਉਂਦੀ ਹੈ ਉਹ ਪਪਲਪ੍ਰੀਤ ਦੀ ਆਉਂਦੀ ਹੈ। ਇਹ ਦੋ ਜਣੇ ਸੀਗੇ ਜਿਹੜੇ ਵਾਂਟਿਡ ਸੀਗੇ ਭੱਜੇ ਹੋਏ ਸੀਗੇ NSA ਹੁਣ ਇਹਦੇ ਉੱਪਰ ਲੱਗ ਗਿਆ 6 ਕੇਸ ਹੋਰ ਜਿਹੜੇ ਇਸਦੇ ਉੱਪਰ ਦਰਜ ਹੈਗੇ ਹੈ ਨਾਓ ਹੀ ਇਜ਼ ਅਰੈਸਟਡ NSA ਲੱਗਿਆ ਹੋਇਆ ਨੈਸ਼ਨਲ ਸਿਕਿਉਰਿਟੀ ਐਕਟ ਮੁਲਕ ਦੀ ਸਭ ਤੋਂ ਵੱਡੀ ਧਾਰਾ ਹੈਗੀ ਹੈ ਉਹ ਇਸਦੇ ਉੱਪਰ ਲੱਗ ਗਈ ਅਤੇ ਸੰਧੂ ਸਾਹਿਬ ਕਹਿ ਰਹੇ ਹੈ ਕਿ ਇਹ ਪੁਲਿਸ ਕੋਲ ਹੀ ਸੀਗੇ ਅਤੇ ਸਰ ਫਿਰ ਹੁਣ ਸਮਝੀਏ ਕਿ ਇਹ ਪੁਲਿਸ ਕੋਲ ਸੀਗੇ ਤਾਂ ਫਿਰ ਉਹ ਵੀ ਨਾਲ ਹੀ ਹੈ ਫਿਰ ਇੱਕ ਦੋ ਦਿਨ 'ਤੇ ਉਹ ਵੀ ਆ ਜਾਏਗਾ। गौरव जी सब तो पहला सवाल ये उठते हैं कि जो पपलप्रीत है जो उसका सोशल मीडिया का सारा काम संभालता सी पहला सरकार वालों ये कहा जाता है कि हरियाणा चला गया हरियाणा तो यूपी यूपी तो उत्तराखंड उत्तराखंड तो बिहार तो होंदे हुए और नेपाल का बॉर्डर टप गया है जहां ये शंका जताया गया कि शायद वो नेपाल चला गया है बट कुछ दिन बाद किस तरह फिल्मी रूपांतर के जिस तरह 90s दियां मूवीज चलदियां सन फिर यह खबर आती है कि भाई वो अगर इन मुश्किलों तो बाद भेस बदल के पंजाब तो बाहर गया सी तां फिर की लोड़ पै गई कि वो फिर पंजाब आ गए वो भी अमृतसर दे विच जिथे की हाई सिक्योरिटी जोन है इस समय उथे आ गए चलो असी पंजाब पुलिस साड़ी बहुत ही सन्मान योग फोर्स है बहुत वधिया काम करती है बट किते ना किते पंजाब सरकार ने इत्थे ढिल रखी जिहदे करके बहुत गलतियां होईयां इत्थों तक कि मानयोग हाई कोर्ट ने भी कहा कि 80,000 पुलिस मुलाजम की कर रहे सन उस दिन जदों सारा इंटरनेट बंद कर दिता गया समुचे पंजाब नूं इंटरनेशनल लेवल ते इन्नी नामोशी चलनी पई कि एक शख्स नूं फड़न लई इन्ना कुछ करना पिया बट उह शख्स गिरफ्त तों बाहर हो गया अते होर भी बड़े सवाल उठदे जिहड़ा असीं समझदे सी कि अज DGP साहब नूं इसदा जवाब देना चाहीदा सी कि उह आदमी कित्थे ठहरिया होया सी पपलप्रीत नूं किसने ठार दित्ती सी ਉਹ ਇੰਨੇ ਦਿਨ ਤੋਂ ਇੱਥੇ ਕਿਵੇਂ ਪਹੁੰਚਿਆ ਕਿ ਇੱਕ ਇਨਵੈਸਟੀਗੇਸ਼ਨ ਦਾ ਮੈਟਰ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਕਿਸ ਤਰ੍ਹਾਂ ਪੁਲਿਸ ਉੱਥੋਂ ਤੱਕ ਪਹੁੰਚੀ ਕੌਣ ਸੀ ਇਹਨਾਂ ਦਾ ਸੋਰਸ ਆਫ ਇਨਫੋਰਮੇਸ਼ਨ ਕਿ ਕਦੋਂ ਇਹਨਾਂ ਨੂੰ ਮਿਲੀ ਕਿਤੇ ਕਿਵੇਂ ਪੁਲਿਸ ਨੇ ਗ੍ਰਿਫਤਾਰ ਕੀਤਾ ਸੋ ਹਾਲੇ ਵੀ ਇੱਕ ਅਹਿਮ ਸਵਾਲ ਅੱਜ ਤੁਸੀਂ ਗੌਰਵ ਜੀ ਦੇਖ ਲਓ ਜਦੋਂ ਕੋਈ ਸਾਈਬਰ ਕ੍ਰਾਈਮ ਹੁੰਦਾ ਹੈ ਤਾਂ ਸਾਈਬਰ ਸੈੱਲ ਚਾਹੇ ਤਾਂ 2 ਮਿੰਟ ਦੇ ਵਿੱਚ ਕਿਸੇ ਨੂੰ ਵੀ ਟਰੈਕ ਕਰ ਸਕਦਾ ਹੈ ਬਟ ਅੰਮ੍ਰਿਤਪਾਲ ਸਿੰਘ ਦੀਆਂ 2 ਵੀਡੀਓਸ ਆਈਆਂ ਨੇ ਹਾਲੇ ਤੱਕ ਪੁਲਿਸ ਵੱਲੋਂ ਇੱਕ ਕਲੈਰੀਫਿਕੇਸ਼ਨ ਨਹੀਂ ਦਿੱਤੀ ਗਈ ਕਿ ਉਹ ਵੀਡੀਓ ਕਿੱਥੋਂ ਅਪਲੋਡ ਹੋਈ ਸੀ ਸਭ ਤੋਂ ਪਹਿਲਾਂ ਕਿਸ ਨੂੰ ਮਿਲੀ ਸੀ ਕਿਉਂਕਿ ਫੋਨ ਟਰੈਕ ਕਰਨਾ ਕੋਈ ਵੱਡੀ ਗੱਲ ਨਹੀਂ ਹੁੰਦੀ ਕਿ ਉਹ ਲੋਕੇਸ਼ਨ ਟਰੈਕ ਕਰਨੀ ਕੋਈ ਵੱਡੀ ਗੱਲ ਨਹੀਂ ਹੁੰਦੀ ਬਟ ਇਹ ਸਾਰੇ ਅਣਸੁਲਝੇ ਸਵਾਲ ਨੇ ਤੇ ਸਭ ਤੋਂ ਹੈਰਾਨਗੀ ਦਾ ਸਵਾਲ ਤਾਂ ਤੁਹਾਡੇ TV ਚੈਨਲ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਵਕਤਾ ਨੇ ਉਠਾ ਦਿੱਤਾ ਉਹ ਕਹਿੰਦੇ ਕਿ ਪਹਿਲਾਂ ਹੀ ਗ੍ਰਿਫਤ ਨੇ ਜਦਕਿ ਇਹਨਾਂ ਦੇ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਸਿਮਰਨਜੀਤ ਸਿੰਘ ਮਾਨ ਇਹਨਾਂ ਦੀ ਪਾਰਟੀ ਦੇ ਪ੍ਰਧਾਨ ਨੇ ਉਹਨਾਂ ਦਾ ਬਿਆਨ ਸੀ ਕਿ ਸਿੰਘਾਂ ਨੂੰ ਜਦੋਂ ਲੋੜ ਪੈਂਦੀ ਹੈ ਤੇ ਸਿੰਘਾਂ ਨੂੰ ਕਈ ਵਾਰ ਅੱਗੇ ਪਿੱਛੇ ਵੀ ਨੱਠਣਾ ਪੈਂਦਾ ਹੈ ਤੇ ਉਹ ਨਾਲ ਅੰਮ੍ਰਿਤਪਾਲ ਨੂੰ ਸਲਾਹ ਦੇ ਰਹੇ ਸਨ ਕਿ ਉਹ ਪਾਕਿਸਤਾਨ ਚਲਾ ਜਾਏ ਸੋ ਸਿਮਰਨਜੀਤ ਸਿੰਘ ਮਾਨ ਕੁਛ ਕਹਿੰਦੇ ਨੇ ਤੇ ਇਹਨਾਂ ਦੇ ਪ੍ਰਵਕਤਾ TV ਤੇ ਬੈਠ ਕੇ ਕਹਿੰਦੇ ਨੇ ਕਿ ਉਸ ਦਿਨ ਦੇ ਹੀ ਗ੍ਰਿਫਤਾਰ ਨੇ ਸੋ ਮੈਂ ਸਮਝਦਾ ਕਿ ਪਾਰਟੀ ਦੋਹਰਾ ਮਾਪਦੰਡ ਲੈ ਕੇ ਚੱਲਦੀ ਹੈ ਸਮੇਂ ਦੇ ਹਿਸਾਬ ਨਾਲ ਬਦਲ ਲੈਂਦੀ ਹੈ ਕਾਂਗਰਸ ਦੀ ਪਹਿਲੇ ਦਿਨ ਤੋਂ ਹੀ ਪਿਛਲੇ ਸਾਲ ਅਕਤੂਬਰ ਤੋਂ ਹੀ ਮੰਗ ਸੀ ਜਦੋਂ ਸਾਡੇ ਪ੍ਰਧਾਨ ਰਾਜਾ ਵੜਿੰਗ ਜੀ ਹੋਣਾ ਚਿੱਠੀ ਲਿਖੀ ਸੀ
ਡੁਬਕੀ ਪਾਈ ਜੋ ਦੇਸ਼ ਵਿਰੋਧੀ ਤਾਕਤਾਂ ਨੇ ਉਹਨਾਂ ਨੂੰ ਗ੍ਰਿਫਤਾਰ ਕਰੋ ਠੀਕ ਹੈ ਸੋ ਸਰਕਾਰ ਸਵਾਲਾਂ ਤੋਂ ਭੱਜ ਰਹੀ ਹੈ ਤੁਹਾਡੇ ਟੀਵੀ ਤੇ ਵੀ ਉਹ ਜਵਾਬ ਦੇਣ ਨਹੀਂ ਪਹੁੰਚਦੇ ਅਤੇ ਸਭ ਤੋਂ ਅਹਿਮ ਸਵਾਲ ਕਿ ਅਗਰ ਪਾਰਟੀ ਇਹਨਾਂ ਨੂੰ ਪਤਾ ਸੀ ਕਿ ASI ਦੇ ਨਾਲ ਸੰਬੰਧ ਸੀ ਤਾਂ ਫਿਰ 18 ਤਰੀਕ ਤੱਕ ਅਜਨਾਲਾ ਕਾਂਡ ਤੋਂ ਬਾਅਦ ਜਦ ਅੰਮ੍ਰਿਤਪਾਲ ਸ਼ਾਂਤ ਕਦੀ ਘਰੇ ਬੈਠਾ ਸੀ ਜਾਂ ਨਾਰਮਲੀ ਜਾਂਦਾ ਸੀ ਉਦੋਂ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ ਕਿਉਂ ਇੱਕ ਫਿਲਮੀ ਰੂਪਾਂਤਰ ਤੇ ਸੜਕ ਤੇ ਲਿਆ ਕੇ ਇਹ ਡਰਾਮਾ ਰਚਿਆ ਗਿਆ ਇਸ ਦੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ ਮੋਸ਼ੀ ਚੱਲੀ ਹੈ ਇਹ ਗੱਲ ਬੜੀ ਵੱਡੀ ਹੈ ਕਿਉਂਕਿ ਸਵਾਲ ਬੜਾ ਵੱਡਾ ਹੈਗਾ ਹੈ ਢਿੱਲੋਂ ਸਾਹਿਬ ਸਵਾਲ ਇਹ ਹੈ ਦੇਖੋ ਅਸੀਂ ਹਰ ਦਿਨ ਆਮ ਆਦਮੀ ਪਾਰਟੀ ਨੂੰ ਸੱਦਦੇ ਹਾਂ ਸੱਦਾ ਦਿੰਦੇ ਹਾਂ ਆਣਾ ਨਾ ਆਣਾ ਉਹਨਾਂ ਦੀ ਮਰਜ਼ੀ ਹੈ ਆਉਂਦੇ ਨਹੀਂ ਖਾਲੀ ਕੁਰਸੀ ਅਸੀਂ ਕਈ ਵਾਰ ਦਿਖਾਈ ਹੈ ਮੁੜ ਤੋਂ ਦੇਖੋ ਮੁੜ ਤੋਂ ਦਿਖਾ ਦਾਂਗਾ ਉਹ ਵਿੰਡੋਜ਼ ਹੋਰ ਸਾਰੀਆਂ ਖਰਾਬ ਹੋਣੀਆਂ ਤੁਹਾਨੂੰ ਵੀ ਸਾਡਾ ਸਮਾਂ ਸਾਰਾ ਖਰਾਬ ਹੁੰਦਾ ਪਰ ਇਹ ਆਪ ਹੀ ਉਹਨਾਂ ਨੂੰ ਸਮਝਣਾ ਚਾਹੀਦਾ ਅਸੀਂ ਉਹਨਾਂ ਨੂੰ ਸੱਦਾ ਦਿੱਤਾ ਸੀਗਾ ਐਸਾ ਲੱਦੜ ਸਾਹਿਬ ਜੁੜ ਗਏ ਨੇ ਭਾਜਪਾ ਪਾਰਟੀ ਤੋਂ ਲੱਦੜ ਸਾਹਿਬ ਬਹੁਤ ਸਵਾਗਤ ਹੈ ਜੀ ਤਾਰਨੀ ਸਾਹਿਬ ਹੁਣ ਜਿਵੇਂ ਢਿੱਲੋਂ ਸਾਹਿਬ ਨੇ ਕਿਹਾ ਕਿ ਇਹ ਫਿਲਮੀ ਰੂਪਾਂਤਰਣ ਲੱਗ ਰਿਹਾ ਇਹ ਇੱਕ ਸਕ੍ਰਿਪਟਡ ਲੱਗ ਰਿਹਾ ਜਿਵੇਂ ਇੱਕ ਫਿਲਮ ਦੀ ਸਕ੍ਰਿਪਟ ਜੀ ਹੁੰਦੀ ਹੈ ਥੋੜ੍ਹਾ ਜਿਹਾ ਸਮਝਣਾ ਅਗਰ ਜਿਵੇਂ ਸੰਧੂ ਸਾਹਿਬ ਨੇ ਕਿਹਾ ਤਾਂ ਫੜਿਆ ਹੋਇਆ ਸੀਗਾ ਜੇ ਇਹ ਫੜੇ ਹੋਏ ਸੀਗੇ ਦੋਨੋਂ ਵੀਡੀਓ ਵੀ ਆ ਗਈਆਂ ਉਸ ਤੋਂ ਬਾਅਦ ਇਹ ਪਟਿਆਲੇ ਤਸਵੀਰਾਂ ਵੀ ਹੈਗੀਆਂ ਫਿਰ ਕਹਿੰਦੇ ਦਿੱਲੀ 'ਚ ਘੁੰਮਦਾ ਪਾਇਆ ਗਿਆ ਫਿਰ ਇਹ ਕਿਸੇ ਹਾਈਵੇ ਦੇ ਉੱਪਰ ਸਾਈਡ 'ਤੇ ਬੈਠ ਕੇ ਇਹ ਐਨਰਜੀ ਡਰਿੰਕ ਵੀ ਦੋਨੋਂ ਹੀ ਪੀਂਦੇ ਪਏ ਸੀਗੇ ਸ਼ਾਹਬਾਦ ਦੇ ਵਿੱਚ ਛੱਤਰੀ ਲੈ ਕੇ ਅਤੇ ਪਟਿਆਲੇ ਛੱਤਰੀ ਲੈ ਕੇ ਵੀ ਘੁੰਮੀ ਫਿਰੀ ਜਾਂਦੇ ਸੀਗੇ ਸਰ ਇਹ ਪਿਕਨਿਕ ਮਨਾ ਰਹੇ ਸੀਗੇ ਜਾਂ ਇੰਨਾ ਹੀ ਲੈ ਕੇ ਇਹਨਾਂ ਨੂੰ ਜਿਹੜਾ ਘੁੰਮ ਫਿਰ ਰਹੀ ਸੀਗੀ ਕਿਉਂਕਿ ਸਰ ਪੰਜਾਬ ਦੇ ਲੋਕਾਂ ਦੇ ਮੋਹਰੇ ਆਪਾਂ ਤਸਵੀਰ ਸਪਸ਼ਟ ਕਰਨੀ ਹੈ ਲੱਦੜ ਸਾਹਿਬ ਤੋਂ ਵੀ ਪੁੱਛ ਲਾਂਗੇ ਕਿਉਂਕਿ ਏਜੰਸੀਆਂ ਇਹਨਾਂ ਦੇ ਸਰਕਾਰ ਦੇ ਅਧੀਨ ਹੀ ਆਉਂਦੀਆਂ ਬਾਕੀ ਕਲੀਅਰ ਕਰ ਦੇਣਗੇ ਕਿਉਂਕਿ ਤੁਸੀਂ ਸੀਨੀਅਰ ਲਾਇਰ ਹੈਗੇ ਥੋੜ੍ਹਾ ਜਿਹਾ ਆਪਾਂ ਚਾਨਣ ਪਾਈਏ ਸਮਝੀਏ ਗੌਰਵ ਜੀ ਜਿੱਥੋਂ ਤੱਕ ਹਰ ਇਨਸਾਨ ਜਿਹੜਾ ਹੈਗਾ ਪੰਜਾਬ ਦਾ ਜਿੰਨਾ ਆਵਾਮ ਹੈਗਾ ਉਹ ਇਹ ਸਮਝਦਾ ਹੈਗਾ ਕਿ ਇੱਕ ਨੈਰੇਟਿਵ ਜਿਹੜਾ ਹੈਗਾ ਕ੍ਰੀਏਟ ਕਰਿਆ ਜਾ ਰਿਹਾ ਹੈਗਾ ਚਾਹੇ ਉਹ ਸਰਕਾਰ ਵੱਲੋਂ ਹੈ ਚਾਹੇ ਉਹ ਏਜੰਸੀਆਂ ਵੱਲੋਂ ਹੈਗਾ ਚਾਹੇ ਪੁਲਿਸ ਦੀਆਂ ਜਿਹੜੀਆਂ ਹੈਗੀਆਂ ਪੈਰਾਮਿਲਟਰੀ ਆਪਣਾ ਜਿਹੜਾ ਪੁਲਿਸ ਫੋਰਸਿਸ ਹੈਗੀਆਂ ਇਹਨਾਂ ਵੱਲੋਂ ਹੈਗਾ ਮੈਂ ਇੱਕੋ ਗੱਲ ਕਰਨੀ ਚਾਹੂੰਗਾ ਕਿ ਪਿਛਲੇ 18 ਤਰੀਕ ਤੋਂ ਲੈ ਕੇ ਅੱਜ ਤੱਕ ਤਕਰੀਬਨ ਮੇਰਾ ਖਿਆਲ ਆ ਬਈ ਮਹੀਨੇ ਦੇ ਕਰੀਬ ਆਉਣ ਵਾਲਾ 8 ਦਿਨ ਘੱਟ ਰਹਿੰਦੇ ਹੈਗੇ ਆ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦੀ ਪੁਲਿਸ ਇੱਕ ਬੰਦੇ ਨੂੰ ਪੰਜਾਬ ਚੋਂ ਹੀ ਫੜਦੀ ਹੈਗੀ ਆ ਔਰ ਪੰਜਾਬ ਚੋਂ ਜਦੋਂ ਫੜਦੀ ਹੈ ਉਸ ਟਾਈਮ ਦੇ ਉੱਤੇ ਜਿਹੜਾ ਹੈਗਾ 2.5 ਮਿੰਟ ਦੀ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈਗੀ ਆ ਪੰਜਾਬ ਪੁਲਿਸ ਵੱਲੋਂ ਉਹ ਕਿਵੇਂ ਫੜਿਆ ਗਿਆ ਜਦੋਂ ਤਾਂ ਇਹਨਾਂ ਨੇ ਇੱਕ ਐਨਕਾਊਂਟਰ ਕਰਨਾ ਹੁੰਦਾ ਉਦੋਂ ਤਾਂ ਐਨਕਾਊਂਟਰ ਨੂੰ ਲਾਈਵ ਦਿਖਾਉਂਦੇ ਆ ਕਿ ਜੀ ਉਹ ਦੇਖੋ ਐਨਕਾਊਂਟਰ ਦੇ ਵਿੱਚ ਉਹ ਗੋਲੀ ਚੱਲ ਰਹੀ ਉਧਰੋਂ ਚੱਲ ਰਹੀ ਅੱਜ ਇੱਕ ਐਡਾ ਵੱਡਾ ਇੰਨਾ ਸੈਂਸਿਟਿਵ ਮੈਟਰ ਹੈ ਜਿਹੜਾ ਉਹ ਚੁੱਪਕੀ ਤੇ ਫੜ ਕੇ ਜਿਹੜਾ ਹੈਗਾ ਲੋਕਾਂ ਦੇ ਸਾਹਮਣੇ ਕਰ ਦਿੱਤਾ ਗਿਆ ਸਵਾਲ ਇੱਕ ਹੋਰ ਹੈਗਾ ਕਿ 18 ਮਾਰਚ ਤੋਂ ਪਹਿਲਾਂ ਇਸ ਪਿੱਪਲਪ੍ਰੀਤ ਦੀ ਕਿਆ ਕੋਈ ਇਨਫੋਰਮੇਸ਼ਨ ਜਿਹੜੀ ਹੈਗੀ ਆ ਸਟੇਟ ਕੋਲ ਜਿਹੜੀਆਂ ਨੈਸ਼ਨਲ ਏਜੰਸੀਜ਼ ਹੈਗੀਆਂ ਉਹਨਾਂ ਕੋਲ ਜਾਂ ਪੰਜਾਬ ਦੀ ਪੁਲਿਸ ਕੋਲ ਕੋਈ ਨਹੀਂ ਸੀ ਕਿ ਉਹਨਾਂ ਨੇ ਅੱਜ ਤੱਕ ਜਿਹੜਾ ਹੈਗਾ ਇਹਦੇ ਬਾਰੇ ਚ ਕਦੇ ਜਿਹੜਾ ਲੋਕਾਂ ਦੇ ਸਾਹਮਣੇ ਜਾਂ ਪੁਲਿਸ ਨੇ ਉਹਨੂੰ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਔਰ 18 ਤਰੀਕ ਤੋਂ ਬਾਅਦ ਇੱਕਦਮ ਜਿਹੜਾ ਹੈਗਾ ਇੱਕ ਇਸ ਤਰ੍ਹਾਂ ਦਾ ਜਿਹੜਾ ਨੈਰੇਟਿਵ ਕ੍ਰੀਏਟ ਕਰ ਦਿੱਤਾ ਜਾਂਦਾ ਹੈ ਜਿਹਦੇ ਨਾਲ ਇਹ ਦਿਖਾ ਦਿੱਤਾ ਜਾਂਦਾ ਹੈ ਔਰ ਤੁਸੀਂ ਦੇਖੋ ਕਿ ਸਾਡਾ ਸਵਾਲ ਇਹ ਹੈਗਾ ਸ਼੍ਰੋਮਣੀ ਅਕਾਲੀ ਦਲ ਦਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਔਰ ਖਾਸ ਤੌਰ ਤੇ ਅੱਜ ਜਿਹੜਾ ਹੈਗਾ ਜਥੇਦਾਰ ਸਾਹਿਬ ਨੇ ਜਿਹੜਾ ਇਹਦਾ ਨੋਟ ਲਿਆ ਹੈਗਾ ਦਮਦਮਾ ਸਾਹਿਬ ਦੇ ਵਿੱਚ ਇੱਥੇ ਜਿਹੜਾ ਹੈਗਾ ਤੁਹਾਡੇ ਪੱਤਰਕਾਰਾਂ ਦੇ ਨਾਲ ਜੋ ਹੁੰਦਾ ਹੈਗਾ ਉਸ ਤੋਂ ਪਹਿਲਾਂ ਜਿਹੜਾ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਕੀਤੀ ਹੈਗੀ ਆ ਹੁਣ ਤੁਸੀਂ ਇਹ ਦੇਖੋ ਕਿ ਖਾਸ ਤੌਰ ਤੇ ਸਿੱਖਾਂ ਦੇ ਉੱਤੇ NSA ਵਰਗੇ ਜਿਹੜੇ ਹੈਗੇ ਆ NSA ਕਦੋਂ ਲਾਈ ਜਾਂਦੀ ਹੈਗੀ ਆ ਉਹਦਾ ਕ੍ਰਿਮੀਨਲ ਰਿਕਾਰਡ ਕੀ ਹੈਗਾ ਇਸ ਤੋਂ ਪਹਿਲਾਂ ਉਹਦੇ ਖਿਲਾਫ਼ ਕਿੰਨੇ ਪਰਚੇ ਹੈਗੇ ਆ ਇਹ ਸਾਰਾ ਕੁਝ ਦੱਸਣ ਤਾਂ ਸਹੀ ਨਾ ਪਰ ਦੂਸਰੇ ਪਾਸੇ ਦੇਖੋ ਜਿਸ ਤਰ੍ਹਾਂ ਅਕਾਲ ਤਖ਼ਤ ਸਾਹਿਬ ਦਾ ਹੁਕਮ ਹੈਗਾ ਉਸ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਡੀ ਵਕੀਲਾਂ ਦੀ ਟੀਮ ਮੈਂ ਕਿਸੇ ਵਜ੍ਹਾ ਕਰਕੇ ਨਹੀਂ ਜਾ ਸਕਿਆ ਅੱਜ ਅਸਾਮ ਦੇ ਵਿੱਚ ਪਹੁੰਚੀ ਵੀ ਹੈਗੀ ਆ ਜਦੋਂ ਸਿੱਖਾਂ ਦੇ ਉੱਤੇ ਇਸ ਤਰ੍ਹਾਂ ਦਾ ਧੱਕਾ ਹੋਊਗਾ ਤਾਂ ਅਸੀਂ ਆਵਾਜ਼ ਬਿਲਕੁਲ ਉਠਾਵਾਂਗੇ ਆਪਣੇ ਵੱਲੋਂ ਜਿਹੜਾ ਹੈਗਾ ਹੋਕਾ ਜ਼ਰੂਰ ਦੇਵਾਂਗੇ ਬਾਕੀ ਇਹ ਆ ਜੀ ਡਾਢੇ ਦੇ ਹੱਥ ਜ਼ੋਰ ਵਾਲੀ ਗੱਲ ਹੈਗੀ ਆ ਬਈ ਲੱਦੜ ਸਾਹਿਬ ਠੀਕ ਹੈ ਸਰ ਮੈਂ ਪੁਆਇੰਟ ਲੈ ਕੇ ਆ ਰਿਹਾ ਸਰ ਰਾਈਟ ਸਰ ਲੱਦੜ ਸਾਹਿਬ ਦੇਖੋ ਨਾਲ ਅਸੀਂ ਖਾਲੀ ਕੁਰਸੀ ਵੀ ਦਿਖਾਤੀ ਜਿਵੇਂ ਮੈਂ ਜ਼ਿਕਰ ਕੀਤਾ ਸੀਗਾ ਕਿ ਖਾਲੀ ਕੁਰਸੀ ਅਸੀਂ ਦਿਖਾ ਸਕਦੇ ਜੇ ਹੁਣ ਆਉਂਦੇ ਨਹੀਂ ਤਾਂ ਅਸੀਂ ਬੈਠਣ ਨੂੰ ਤਾਂ ਕੁਰਸੀ ਦਿੱਤੀ ਹੋਈ ਹੈ ਬਹਿਣਾ ਨਾ ਬਹਿਣਾ ਉਹਨਾਂ ਦੇ ਉੱਪਰ ਹੈ ਲੱਦੜ ਸਾਹਿਬ ਕਹਿੰਦੇ ਹੈ ਜਿਵੇਂ ਹੁਣੇ ਬਾਕੀ ਪੈਨਲਿਸਟ ਨੇ ਕਿਹਾ ਧਾਰਨੀ ਸਾਹਿਬ ਨੇ ਉਹਨਾਂ ਨੇ
ਕਹਿੰਦੇ ਭਾਵੇਂ ਏਜੰਸੀਆਂ ਹੈ ਭਾਵੇਂ ਸਰਕਾਰ ਹੈ ਹਕੂਮਤ ਤੁਹਾਡੀ ਕੇਂਦਰ ਚਾਹੇ ਤਾਂ ਏਜੰਸੀਆਂ ਤੁਹਾਡੀਆਂ ਪੈਰਾਮਿਲਟਰੀ ਫੋਰਸਿਸ ਤੁਹਾਡੀਆਂ ਕਹਿੰਦੇ ਇੱਕ ਨੈਰੇਟਿਵ ਜਿਹੜਾ ਹੈ ਉਹ ਇੱਕ ਵੱਖਰਾ ਜਿਹੜਾ ਸਿਰਜਣ ਦੀ ਕੋਸ਼ਿਸ਼ ਹੋ ਰਹੀ ਹੈ ਪੰਜਾਬ 'ਚ ਸਿੱਖਾਂ ਨੂੰ ਬਦਨਾਮ ਕਰਨ ਦੀ ਪਰ ਵੱਡਾ ਸਵਾਲ ਇਹ ਹੈ ਕਿੱਥੇ ਹੈ ਅੰਮ੍ਰਿਤਪਾਲ ਰਾਜਦਾਰ ਜਿਹੜਾ ਉਹਦਾ ਹਮਰਾਜ਼ ਹੈ ਉਹ ਤਾਂ ਫੜ ਗਿਆ ਆ ਗਿਆ ਅੱਜ ਗ੍ਰਿਫਤ ਦੇ ਵਿੱਚ ਸਰ ਜੇਲ੍ਹ ਘੋ ਕੇ ਬਿਠਾਇਆ ਤਾਂ ਦੱਸ ਦਿਓ ਸਰ ਪੰਜਾਬ ਦੇ ਲੋਕਾਂ ਨੂੰ ਆਪਣਾ ਵਾਲੀਆ ਜੀ ਆਪਣਾ ਜਿਵੇਂ ਸਾਰੇ ਪੈਨਲਿਸਟ ਬੜੇ ਸਿਆਣੇ ਹੈਗੇ ਆ ਬਹੁਤ ਸਮਝਦਾਰ ਹੋ ਜਿਹੜਾ ਲਾਅ ਐਂਡ ਆਰਡਰ ਹੈਗਾ ਇਹ ਸਟੇਟ ਸਬਜੈਕਟ ਹੈ ਜੀ ਤੁਹਾਨੂੰ ਪਤਾ ਹੋਣਾ ਆ ਕਿ 18 ਜਿਹੜਾ 18 ਮਾਰਚ ਤੋਂ ਪਹਿਲਾਂ ਆਪਣਾ ਕੁਛ ਦਿਨ ਪਹਿਲਾਂ ਆਪਣਾ ਜਦੋਂ ਪਹਿਲਾਂ ਆਨੰਦਪੁਰ ਸਾਹਿਬ ਦਾ ਹੋਲਾ ਮਹੱਲਾ ਵੀ ਹੋਇਆ ਉਸ ਤੋਂ ਪਹਿਲਾਂ ਹਫ਼ਤਾ ਦਸ ਆਪਣੇ ਸਾਡੇ ਸਟੇਟ ਦੇ ਮੁੱਖ ਮੰਤਰੀ ਮਾਨਯੋਗ ਭਗਵੰਤ ਮਾਨ ਜੀ ਸਾਡੇ ਗ੍ਰਹਿ ਮੰਤਰੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੂੰ ਮਿਲਦੇ ਆ ਜੀ ਔਰ ਉਹਨਾਂ ਦੇ ਵਿੱਚ ਕੀ ਗੁਪਤਗੂ ਹੁੰਦੀ ਹੈਗੀ ਆ ਪੈਰਾਮਿਲਟਰੀ ਫੋਰਸਿਸ ਜਿਹੜੀਆਂ ਦੀ ਉਹ ਮੰਗ ਕਰਦੇ ਆ ਜੀ ਜਿਹੜਾ ਹੋਰ ਉਹਨਾਂ ਨੂੰ ਇਨਪੁਟਸ ਮਿਲਦਾ ਆ ਦਿੱਤਾ ਜਾਂਦਾ ਜਾਂ ਮੰਗਿਆ ਜਾਂਦਾ ਆ ਉਸ ਤੋਂ ਬਾਅਦ ਜਿਹੜਾ ਸਾਨੂੰ ਇਹ ਬੜੀ ਕਲੀਅਰ ਚਾਹੀਦੀ ਆ ਮੀਡੀਆ ਨੂੰ ਵੀ ਔਰ ਸਾਡੇ ਜਿੰਨੇ ਪੈਨਲਿਸਟ ਇਹਨਾਂ ਨੂੰ ਵੀ ਕਿ ਜਿਹੜੀ ਆਪਣੀ ਯੂਜ਼ ਆਫ ਸੈਂਟਰਲ ਫੋਰਸਿਸ ਹੈ ਐਂਟਾਇਰਲੀ ਡਿਸਕ੍ਰੀਸ਼ਨ ਹੈ ਆਪਣਾ ਸਟੇਟ ਗੌਰਮੈਂਟ ਦੀ ਕਿਉਂਕਿ ਸਟੇਟ ਗੌਰਮੈਂਟ ਦੀ ਮਰਜ਼ੀ ਤੋਂ ਬਿਨਾਂ ਨਾ ਤਾਂ ਸੈਂਟਰਲ ਫੋਰਸ ਆ ਸਕਦੀ ਹੈ ਨਾ ਆਰਮੀ ਹੋ ਸਕਦੀ ਹੈ ਪਰ ਕਿਸੇ ਤਰ੍ਹਾਂ ਦੀ ਇੰਟਰਫੀਰੈਂਸ ਹੋ ਸਕਦੀ ਹੈ ਸੰਭਵ ਹੀ ਨਹੀਂ ਹੈ ਸੋ ਇਸ ਕਰਕੇ ਜੋ ਵੀ ਆਪਣਾ ਕਾਰੋਬਾਰ ਹੈ ਇਹ ਆਮ ਆਦਮੀ ਪਾਰਟੀ ਦਾ ਸ਼੍ਰੀ ਭਗਵੰਤ ਸਿੰਘ ਮਾਨ ਜੀ ਦਾ ਉਹਨਾਂ ਦੀ ਵਿਲ ਉਹਨਾਂ ਦੀ ਡਾਇਰੈਕਸ਼ਨ ਉਹਨਾਂ ਦੀ ਨੀਤੀ ਦੇ ਉੱਤੇ ਹੋ ਰਿਹਾ ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਕਹਿਣਾ ਨੰਬਰ 2 ਜਦੋਂ ਆਪ 18 ਤਰੀਕ ਤੋਂ ਲੈ ਕੇ 3 ਹਫ਼ਤੇ ਹੋ ਗਏ ਹੈਗੇ ਆ ਪੱਪਲਪ੍ਰੀਤ ਜੀ ਨੂੰ ਅੱਜ ਆਪਣਾ ਕਥੂ ਨੰਗਲ ਚੋਂ ਹੀ ਫੜ ਲਿਆ ਗਿਆ ਹੈਗਾ ਪਹਿਲਾਂ ਬਹੁਤ ਸਾਰੀਆਂ ਵੀਡੀਓ ਤੇ ਮੀਡੀਆ ਦੇ ਵਿੱਚ ਰਿਪੋਰਟ ਆਈਆਂ ਆਇਆ ਗਿਆ ਪਟਿਆਲੇ ਕਦੇ ਉਹਨਾਂ ਨੂੰ ਦਿਖਾਇਆ ਗਿਆ ਸ਼ਾਹਬਾਦ ਦੀ ਕਦੇ ਯੂਪੀ ਦੇ ਉੱਤਰਾਖੰਡ ਹੁਣ ਲਿਆ ਕੇ ਉਹਨਾਂ ਨੂੰ ਅੰਮ੍ਰਿਤਸਰ ਤੋਂ ਹੀ ਫੜ ਲਿਆ ਗਿਆ ਜਿਹੜੀ ਕ੍ਰੈਡੀਬਲ ਉਹ ਅੰਡਰ ਕੁਐਸਚਨ ਹੈ ਪੰਜਾਬ ਸਰਕਾਰ ਦੀ ਪੰਜਾਬ ਪੁਲਿਸ ਦੀ ਮੈਂ ਇਸ ਕਰਕੇ ਵੀ ਕਹਿ ਰਿਹਾ ਕਿ ਜਦੋਂ ਇੱਕ ਆਪਣਾ ਗੈਂਗਸਟਰ ਬੈਠ ਕੇ ਜੇਲ੍ਹ ਦੇ ਵਿੱਚ ਆਪਣੀ ਵੀਡੀਓ ਰਿਲੀਜ਼ ਕਰਦਾ ਤੇ ਸਟੇਟ ਦੇ DGP ਦੂਜੇ ਦਿਨ ਆ ਕੇ ਕਹਿੰਦੇ ਆ ਕਿ ਇਹ ਪਤਾ ਨਹੀਂ ਪੁਰਾਣੀ ਹੋਇਆ ਉਹ ਇੱਕ ਦਿਨ ਛੱਡ ਕੇ ਫੇਰ ਪਾ ਦਿੰਦਾ ਹੈਗਾ ਨਾ ਤਾਂ ਉਸ 'ਤੇ ਇਨਕੁਆਇਰੀ ਹੁੰਦੀ ਹੈ ਨਾ ਕੋਈ ਉਹਦੇ ਉੱਤੇ ਕੋਈ ਜਾਂਚ ਬਿਠਾਈ ਜਾਂਦੀ ਹੈਗੀ ਆ ਜੇ ਪੱਪਲਪ੍ਰੀਤ ਨੂੰ ਫੜ ਲਿਆ ਗਿਆ ਹੈਗਾ ਤਾਂ ਜਿਵੇਂ ਧਾਰਮੀ ਸਾਹਿਬ ਜੀ ਨੇ ਦੱਸਿਆ ਸਾਡੇ ਕਾਂਗਰਸ ਦੇ ਮਾਨਯੋਗ ਬੁਲਾਰੇ ਨੇ ਕਿਹਾ ਇਹ ਆਪਣਾ ਸਵਾਲ ਉੱਠਣਾ ਸੁਭਾਵਿਕ ਹੈ ਕਿ ਹੋ ਸਕਦਾ ਹੈਗਾ ਕਿ ਇਹ ਤਾਂ ਪੰਜਾਬ ਪੁਲਿਸ ਦੇ ਕੋਲ ਪਹਿਲਾਂ ਹੀ ਹੋਵੇ ਕਿਉਂ ਨਹੀਂ ਪਹਿਲਾਂ ਆਪਣਾ ਇਹ ਕੱਥੂ ਨੰਗਲ ਤੋਂ ਕਿੱਥੋਂ ਆ ਗਿਆ ਜਾਂ ਤਾਂ ਇਹਨੂੰ ਫੜਿਆ ਜਾਂਦਾ ਨਾ ਜੀ ਜੇ ਉੱਤਰਾਖੰਡ ਚੋਂ ਫੜਿਆ ਜਾਂਦਾ ਉਹ ਫੜਿਆ ਜਾਂਦਾ ਬਾਹਰਲੇ ਸੂਬੇ ਚੋਂ ਜਿਵੇਂ ਦੂਜੇ ਗੈਂਗਸਟਰ ਫੜੇ ਗਏ ਆ ਤਾਂ ਇਸ ਕਰਕੇ ਇਹ ਸਵਾਲ ਉੱਠਣੇ ਸੁਭਾਵਿਕ ਹੈ ਮਤਲਬ ਕਿ NIA ਦੇ ਕੋਲ ਨਹੀਂ ਸੀਗਾ ਕਿਉਂਕਿ ਤੁਸੀਂ ਸੰਧੂ ਸਾਹਿਬ ਨੂੰ ਮਿਸ ਕਰ ਗਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਉਹ ਕਹਿੰਦੇ ਸ਼ਾਇਦ NIA ਹੀ ਜਿਹੜੀ ਸੀਗੀ ਮਤਲਬ ਕਿਤੇ ਨਾ ਕਿਤੇ ਪਿੱਛੇ ਸੀਗੀ ਖੇਡ NIA ਦਾ ਹੀ ਹੈ ਪੰਜਾਬ ਪੁਲਿਸ ਦੇ ਨਾਲ ਮਿਲ ਕੇ ਹੈ ਮੈਂ ਫਿਰ ਵਾਲੀਆ ਜੀ ਮੈਂ ਫਿਰ ਤੁਹਾਨੂੰ ਦੁਬਾਰਾ ਰਿਕੁਐਸਟ ਕਰਦਾ ਹੈਗਾ ਕਿ ਜੋ ਸੈਂਟਰਲ ਏਜੰਸੀਆਂ ਪੈਰਾਮਿਲਟਰੀ ਫੋਰਸਿਸ ਹੈ ਉਹ ਕਰਨੀ ਜਾਂ ਨਾ ਕਰਨੀ ਐਂਟਾਇਰ ਡਿਸਕ੍ਰੀਸ਼ਨ ਹੈ ਸਟੇਟ ਗਵਰਨਮੈਂਟ ਦੀ ਓਕੇ ਸਟੇਟ ਸੈਂਟਰਲ ਗਵਰਨਮੈਂਟ ਨੇ ਕੋਈ ਏਜੰਸੀ ਆਪਣੇ ਆਪ ਕੇ ਲਓ ਫੜੋ ਜੀ ਆਪਣਾ ਪੱਪਲ ਜਾਂ ਅੰਮ੍ਰਿਤਪਾਲ ਨੂੰ ਫੜ ਲਓ ਇਹ ਤਾਂ ਇਹਨਾਂ ਦੀ ਮਰਜ਼ੀ ਹੈ ਰਜਿਸਟਰਡ ਰਿਹਾ ਹੈਗਾ ਜਦੋਂ ਵੀ ਆਰਮੀ ਬੁਲਾਈ ਜਾਂਦੀ ਹੈ ਤੁਹਾਨੂੰ ਬਿਲਿਓ ਸਟਾਰ ਆਪਰੇਸ਼ਨ ਤੋਂ ਆਪਰੇਸ਼ਨ ਨਹੀਂ ਹੋਇਆ ਇੰਡੀਆ ਪੰਜਾਬ ਦੇ ਠੀਕ ਹੈ ਉਸ ਵੇਲੇ ਵੀ ਆਪਣਾ ਜ਼ਿਲ੍ਹਾ ਮੈਜਿਸਟਰੇਟ ਦੇ ਸਾਈਨਾਂ ਤੋਂ ਬਗੈਰ ਇੰਟਰਫੀਅਰ ਨਹੀਂ ਸੀ ਕੀਤੀ ਵੀ ਮਸਟ ਅੰਡਰ ਜਵਾਬ ਦੇਣਾ ਨੀ ਖਾਲੀ ਕੁਰਸੀ ਇਸ ਕਰਕੇ ਤੁਹਾਡੀ ਗੱਲ ਠੀਕ ਹੈ ਬਿਲਕੁਲ ਠੀਕ ਗੱਲ ਹੈ ਡਿਸਕ੍ਰਿਪਸ਼ਨ ਉਹਨਾਂ ਦੀ ਹੈ ਵਾਲੀਆ ਜੀ ਘੱਟੋ ਘੱਟ ਤੁਸੀਂ ਤੇ ਸਰ ਮੈਂ ਸਮਝ ਗਿਆ ਤੁਹਾਡਾ ਪੁਆਇੰਟ ਤਾਂ ਮੈਂ ਲੈ ਕੇ ਚੱਲ ਰਿਹਾ ਅੱਗੇ ਤੁਹਾਡਾ ਪੁਆਇੰਟ ਹੀ ਲੈ ਕੇ ਚੱਲ ਰਿਹਾ ਸਰ ਮੈਂ ਅੱਗੇ ਤੁਹਾਡਾ ਪੁਆਇੰਟ ਹੀ ਲੈ ਕੇ ਚੱਲ ਰਿਹਾ ਧਾਰਨੀ ਸਾਹਿਬ ਲੱਦੜ ਸਾਹਿਬ ਕਹਿ ਰਹੇ ਹੈ ਕਿ ਅਗਰ ਸਟੇਟ ਗਵਰਨਮੈਂਟ ਅਗਰ ਹੈਲਪ ਮੰਗਦੀ ਹੈ
ते उन्होंने दे आर बाउंड टू प्रोवाइड द हेल्प द सेंटर कहिंदे इहदे विच कोई साजिश नहीं है जिहड़ी तुसीं गल कह रहे हो कि केंद्र का कोई हथ नहीं है अमित शाह का कोई रोल नहीं हैगा उन्होंने अगर हेल्प मंगी गई तो उन्होंने दिती है नहीं देखो गल यह हैगी है जी पिछले टाइमां दे विच इन्हां ने 60 किलोमीटर दे एरिए दे विच भी हेल्प बिना मंगे तो दित्ती हैगी है इन्हां ने पंजाब दे सारे डैमां दे उत्ते जिहड़ा हैगा पैरामिलिट्री फोर्सेस लाईआं हैगीआं ये मतलब जिस दिन दा ए पिछले टाइम दे विच जिस दिन अकाल तख्त साहब ते सिंह साहब मीटिंग बुलाउंदे आ उस तो पहला की कीता जांदा हैगा जिन्ने तख्त पंजाब दे सी सारे जिहड़े हैगे पुलिस और पैरामिलिट्री फोर्सेस दे नाल घेर लते जांदे हैगे साडे फतेहगढ़ साहब दे विच कदे कोई गल नहीं होई हैगी और अज शहीदां दी धरती दे मूहरे इन्हां ने नाका लाया जदों जथेदार साहब ने ऑब्जेक्ट कीता ਤਾਂ ਉਹਨੂੰ ਜਿਹੜਾ ਹੈਗਾ 100 ਮੀਟਰ ਪਰੇ ਕਰ ਦਿੱਤਾ ਗਿਆ ਤਾਂ ਇਹਨੂੰ ਕੀ ਕਿਹਾ ਜਾਵੇ ਇਹ ਕਿਉਂ ਮਤਲਬ ਜਿਹੜਾ ਹੈਗਾ ਇਹ ਅਗੇਂਸਟ ਕਿਹਦੇ ਹੈਗਾ ਅਗੇਂਸਟ ਉਹਨਾਂ ਦੇ ਹੈਗਾ ਸਿੱਖਾਂ ਦੇ ਹੈਗਾ ਮੈਂ ਸਪੈਸ਼ਲੀ ਕਹੂੰਗਾ ਕਿ ਇਹ ਇੱਕ ਇਸ ਤਰ੍ਹਾਂ ਦਾ ਵਰਤਾਂਤ ਖੜਾ ਕੀਤਾ ਜਾ ਰਿਹਾ ਹੈਗਾ ਜਿਹਦੇ ਨਾਲ ਕਿ ਲੋਕਾਂ ਦੇ ਵਿੱਚ ਸਿੱਖ ਕਮਿਊਨਿਟੀ ਔਰ ਤੁਸੀਂ ਫੇਰ ਦੱਸੋ ਮੈਂ ਤੁਹਾਨੂੰ ਹੋਰ ਦੱਸਦਾ ਜੀ ਕਿ ਐਨਸੀਆਰਟੀ ਦੀ ਬੁੱਕ ਆਉਂਦੀ ਹੈਗੀ ਆ ਉਸ ਦੇ ਵਿੱਚ ਕੀ ਲਿਖਿਆ ਵਾ ਹੁੰਦਾ ਹੈਗਾ ਉਹ ਤਾਂ ਆਰਮਡ ਫੋਰਸਸ ਨੇ ਨਹੀਂ ਕਰਤਾ ਜਾਂ ਉਹ ਪੰਜਾਬ ਦੀ ਗਵਰਨਮੈਂਟ ਨੇ ਨਹੀਂ ਕਰਤਾ ਉਹ ਤਾਂ ਸੈਂਟਰ ਦੀ ਐਨਸੀਆਰਟੀ ਦੀ ਬੁੱਕ ਹੈਗੀ ਆ ਕੀ ਕਿਸ ਤਰ੍ਹਾਂ ਇੰਟਰਪ੍ਰੀਟ ਕਰ ਰਹੇ ਹੈਗੇ ਆ ਜਿਹੜਾ ਆਨੰਦਪੁਰ ਸਾਹਿਬ ਦਾ ਮਤਾ ਹੈਗਾ ਉਸ ਮਤੇ ਨੂੰ ਕਿਸ ਹਿਸਾਬ ਨਾਲ ਉਹ ਕਰਿਆ ਜਾ ਰਿਹਾ ਸੋ ਇਹ ਐਵੇਂ ਇੱਕ ਗੱਲਾਂ ਇਹ ਆਪਣੇ ਆਪ ਨੂੰ ਡਿਫੈਂਡ ਕਰਨ ਦੀ ਕੋਸ਼ਿਸ਼ ਨਾ ਕਰਨ ਇਹ ਮਿਲ ਕੇ ਰਾਜਨੀਤੀ ਹੋ ਰਹੀ ਹੈਗੀ ਆ ਸੈਂਟਰਲ ਫੋਰਸਿਸ ਔਰ ਸੈਂਟਰ ਦੀਆਂ ਏਜੰਸੀਆਂ ਦੇ ਰਾਹੀਂ ਹੋ ਰਹੀ ਆ ਅੱਜ ਤੁਸੀਂ ਦੇਖੋ ਅੱਜ ਦਾ ਆਪਰੇਸ਼ਨ ਜਿਹੜਾ ਹੈਗਾ ਕਿਵੇਂ ਚੁੱਕੀ ਤੇ ਕਰਨ ਤੋਂ ਬਾਅਦ ਇੱਕਦਮ ਜਿਹੜਾ ਹੈਗਾ ਹਵਾ ਦੇ ਭੂਕੇ ਮੰਗਣਾ ਨਿਕਲ ਜਾਂਦਾ ਹੈਗਾ ਫੜ ਲਿਆ ਜੀ ਫੜ ਲਿਆ ਔਰ 2.5 ਮਿੰਟ ਦੇ ਵਿੱਚ ਜਸਟੀਫਿਕੇਸ਼ਨ ਦੇਣ ਨਾਲ ਇੰਨੇ ਦਿਨ ਦੀ ਮਤਲਬ ਗਾਇਬ ਹੈਗਾ 23-24 ਦਿਨ ਹੋ ਗਏ ਦੇ ਵਿੱਚ ਦੋ ਇੰਟਰਵਿਊਜ਼ ਜਿਹੜੀਆਂ ਦੋ ਇੰਟਰਵਿਊਜ਼ ਆ ਜਾਂਦੀਆਂ ਹੈਗੀਆਂ ਜੀ ਭਾਈ ਅੰਮ੍ਰਿਤਪਾਲ ਦੀਆਂ ਔਰ ਉਸ ਇੰਟਰਵਿਊਜ਼ ਤੇ ਕੋਈ ਉਹ ਨਹੀਂ ਜਿਵੇਂ ਇਹਨਾਂ ਨੇ ਆਪਣੀ ਗੱਲ ਕਹੀ ਹੈਗੀ ਆ दोनों स्टेट ते सेंटर मिलके ही जिहड़ा हैगा माहौल खराब कर रहे उन्होंने तो यह किया क्योंकि लर्नड लॉयर भी हैगे हालांकि जवाब दे देणगे लद्दड़ साहब तुहाडा पॉइंट लैके मैं जवाब लैना प्रभजी जी मैं आ रहा एक मिनट कि आपां तां समझणा कि अमृतपाल हुण तक गिरफ्तार क्यों नहीं होया गिरफ्त च क्यों नहीं है सवाल यह है तो 24 दिन बाद 2.5 मिनट की पीसी तो बाद कोई जो सवाल जिन्हें भी सके वो अनआंसर्ड है उन्होंने जवाब नहीं आए जवाब वाली आप इतने बैठे जी देखो देखो गौरव जी सवाल जेडे तुसी करने हुंदे ने मुख्यमंत्री साहब नू ना तो वह जवाब देने आते ने ना ही पंजाब के DGP साहब अगर IG सुखचैन जी आते ने तो वह भी सिर्फ दस के जाते ने सवाल नहीं लैके जाते सो यह सवाल तो असी उदो उठाए थे कि जदों सिद्धू मूसेवाला जी की बरसी थी एंड मौके उस समय यह सारा कुछ होंदा है लॉरेंस बिश्नोई की इंटरव्यू आती है बाहर पहली आती है फिर दूजी भी आ जाती है अच्छा नाल इंटरनेट बंद करके यह सब नू अगे वधाया जाता है बट इस दे नाल सब दे विच फायदा किसनू होया सब जानते ने जेडे पोलराइजेशन की राजनीति करते ने इस देश दे विच उन्हां नू सब तो वध फायदा होया किस तरह पहला हिंदू सिख किया जाता सी हिंदू मुस्लिम किया जाता सी हुण हिंदू सिख किया जा रहा बट चाहे सेंट्रल गवर्नमेंट इस दे विच इनवॉल्व होवे या ना होवे चाहे एजेंसियां शरारतां करदियां होण या ना करदियां होण बट सवाल है कि जिन्हां नूं पंजाब दे लोकां ने कमांड फड़ाई है पंजाब दे मुख्यमंत्री नूं उन्हां दी फेलियर है सब तो वड्डी फेलियर है जदों कि कदों दा रौला पै रहा सी कि एक शख्स वक्रे मुल्क की गल कर रहा है नाल ओ देश दे होम मिनिस्टर नूं धमकियां दे रहा है पंजाब सरकार नूं चुनौती दे रहा है बट उदों सरकार साइलेंट रही ते बाद विच असीं फिर कह रहे हैं कि नाटकी रूपांतर नाल पंजाबी भाईचारे नूं बदनाम करने नॉट ओनली सिख पंजाबियां दा वी इस दे विच है कि पंजाबी भाईचारे नूं बदनाम कर लई ए जब सब जिहड़ा कुछ हुंदा है ते इहनूं सही मैनेज नहीं कीता जांदा अगर सही मैनेज होया हुंदा तां अज वी एक महीने बाद असीं इस मुद्दे ते डिबेट ना कर रहे हुंदे असीं होर मुद्दे ते डिबेट करदे एग्जैक्टली बिल्कुल लद्दड़ साहब थोड़ा जिहा समझा दो कि मतलब कि ओह कहिंदे इनवॉल्वमेंट हां जी सर सर तुहाडा ही टाइम है सर तुहाडे कोल ही आ रहा मैं
आराम दे नाल आपां थोड़ा जिहा समझ लीए जो धारनी साहब ने किया, मतलब कि आपां क्योंकि पंजाब दे हित दी गल ही कर रहे हैं सारे ना। मैं बोला जी। हाँ जी हाँ जी हाँ जी सर, थोड़ा फ्रेम फ्रीज हो गया, थोड़ा चेहरा नहीं दिखाई दे रहा सर, तुसी बोलो प्लीज, आवाज आ रही है। हाँ जी हाँ जी हाँ जी हाँ जी वालिया जी, मैं चाहना धारनी जी की पहली सी गलबात भी ध्यान नाल सुनी, जी हम उन्होंने सैकेंड टाइम कही वह भी ध्यान नाल सुनी, तुसी भी ध्यान नाल सुननी होगी। उन्होंने कोई भी एक लॉजिकली नहीं किया, हालांकि मैं उन्होंने बहुत इज्जत करना रिस्पैक्ट करना, बड़े सीनियर है एडवोकेट है, लेकिन एक भी पॉइंट दस दो जिथे तुसी सेंटर गवर्नमेंट नू, सेंट्रल एजेंसियां नू, जां तुसी सेंट्रल फोर्सेस नू ब्लेम कर सकते हो। तुसी जदों 25 साल बीजेपी दे नाल घिओ खिचड़ी होके राज भाग कीता, उदों तां बीजेपी बहुत चंगी सी, हुण तुहानू बीजेपी दुख लगन लभण लग पए आ क्योंकि तुहानू हाशिए ते तुसी चले गए हो। इस करके अपना जिहड़ा रोल है सेंटर दा फोर्सेस दा, इन्हां नू टैक्निकल एंड लीगल स्टैंड करके गल करो, सेंट्रल गवर्नमेंट का कोई रोल नहीं है, स्टेट सब्जेक्ट है लैंड ऑर्डर, और जो भी कीता चंगा कीता माड़ा कीता फेलियर है सक्सेस है, इट इज 100% जिहड़ी क्रेडिट हैगी है उहदा उहनू डिसक्रेडिट है, मां सरकार नू जाणा इहदे च कोई लेना देना। गौरव जी गौरव जी मेरा तुहानू बीजेपी दे प्रवक्ता जी नू सवाल है कि चलो मान लिया पंजाब गवर्नमेंट इत्थे फेल सी, बट हरियाणा तो हुंदे होए उत्तराखंड ते उत्तर प्रदेश, इन्हां तिन्नां स्टेटां दे विचों घूमदा रहा है, सेंट्रल एजेंसीज ओहदियां फोटोज जारी करदे रहे, कि उत्थे बीजेपी दी फेलियर नहीं कि ओह इक शख्स उन्हां स्टेटां तो हुंदा होया फिर दोबारा पंजाब आ जांदा। आपां चर्चा करदे आराम नाल, वी हैव टाइम, मैं कार्जी कोल भी जाणा, बाकी कोल भी जाणा, हरियाणा दी प्रभजीत दा रह गया, उहनां कोल भी जाणा, दी यूपी दी अते उत्तराखंड दी बीजेपी दी गवर्नमेंट इन्हां सवालां तो भज नहीं सकदी, क्योंकि सेंट्रल एजेंसीज कोऑपरेट करके चल रहियां ने, जिन्ना फेलियर पंजाब सरकार दा उहदे बराबर दा फेलियर सेंट्रल गवर्नमेंट दा है, सो इह फेलियर NIA ਦਾ ਵੀ ਹੈ ਅਤੇ ਹੋਰ ਏਜੰਸੀਆਂ ਜਿਹੜੀਆਂ ਅੰਮ੍ਰਿਤਪਾਲ ਦੇ ਪਿੱਛੇ ਲੱਗੀਆਂ ਸਨ, ਸੇਮ ਹਰਿਆਣਾ ਪੁਲਿਸ, ਉੱਤਰ ਪ੍ਰਦੇਸ਼ ਪੁਲਿਸ ਅਤੇ ਉੱਤਰਾਖੰਡ ਦੀ ਪੁਲਿਸ, ਜਿਹੜੇ ਉਹਨਾਂ ਦੀ ਪਕੜ ਤੋਂ ਬਾਹਰ ਹੁੰਦੇ ਹੋਏ, ਜਦਕਿ ਫੁਟੇਜਸ ਆਉਂਦੀਆਂ ਰਹੀਆਂ, ਬਟ ਉਹ ਸ਼ਖਸ ਨਹੀਂ ਫੜਿਆ ਗਿਆ। ਸੋ ਅੱਜ ਬਲੇਮ ਗੇਮ ਨਾ ਕਰਨ, ਸਟੇਟ ਗਵਰਨਮੈਂਟ ਤੇ ਸੈਂਟਰਲ ਗਵਰਨਮੈਂਟ ਆਪਣੀ ਜ਼ਿੰਮੇਵਾਰੀ ਮੰਨੇ ਅਤੇ ਜਵਾਬਦੇਹੀ ਬਣਾਵੇ ਕਿ ਕਿਹੜੇ ਅਫਸਰ ਸਨ ਜਿਨ੍ਹਾਂ ਦੀ ਜ਼ਿੰਮੇਵਾਰੀ ਸੀ ਉਹਨਾਂ ਦੇ ਕਿਤੇ ਲੈਕ ਕੀਤੀ ਜਿਹਦੇ ਕਰਕੇ ਸਭ ਹੋਇਆ, ਹੁਣ ਤੱਕ ਉਹ ਭਗੌੜਾ ਹੈ, ਉਹ ਜ਼ਿੰਮੇਵਾਰੀ ਤੈਅ ਕਰਕੇ ਲੋਕਾਂ ਦੇ ਵਿੱਚ ਉਸਦੇ ਖਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਲੱਦਰ ਸਾਹਿਬ ਕੋ ਮੈਂ ਜਵਾਬ ਲੈ ਲਾਂ, ਸਪਸ਼ਟ ਕੀਤਾ ਜਾਵੇ ਲੱਦਰ ਸਾਹਿਬ। ਪ੍ਰਭਜੀਤ ਜੀ ਮੈਂ ਆਊਂਗਾ ਤੁਹਾਡੇ ਤੋਂ NSA ਸਾਰਾ ਸਮਝਣਾ, ਦਰਸ਼ਕਾਂ ਨੂੰ ਸਾਰਾ ਸਮਝਾਉਣਾ, ਆਈ ਨੋ ਯੂ ਹੈਵ ਬੀਨ ਵੇਟਿੰਗ। ਲੱਦਰ ਸਾਹਿਬ ਸੰਧੂ ਸਾਹਿਬ ਆ ਰਹੇ ਹੈ ਜੀ, ਸਭ ਤੋਂ ਪਹਿਲਾਂ ਤਾਂ ਕਾਂਗਰਸ ਦੇ ਮਾਨਯੋਗ ਬੁਲਾਰੇ ਨੂੰ ਜਦੋਂ ਮੈਂ ਗੱਲ ਕਰ ਰਿਹਾ ਸੀ ਉਹਨਾਂ ਨੂੰ ਵਿੱਚ ਨਹੀਂ ਸੀ ਬੋਲਣਾ ਚਾਹੀਦਾ, ਜਦੋਂ ਮੇਰੀ ਗੱਲ ਮੁਕੰਮਲ ਹੀ ਨਹੀਂ ਹੋਈ ਤਾਂ ਉਹਨਾਂ ਨੇ ਟੇਕ ਓਵਰ ਕਿਵੇਂ ਕਰ ਲਿਆ। ਕਾਂਗਰਸ ਪਾਰਟੀ ਨੇ ਜਾਂ ਕਾਂਗਰਸ ਦੇ ਬੁਲਾਰੇ ਨੇ ਇਨਕੁਆਰੀ ਕਰ ਲਈ ਹੈਗੀ ਆ ਕਿ ਉਹ ਹਰਿਆਣੇ ਚ ਵੀ ਗਿਆ, ਉੱਤਰਾਖੰਡ ਵੀ ਗਿਆ, ਯੂਪੀ ਚ ਵੀ ਗਿਆ, ਤੇ ਹੁਣ ਉਹਨਾਂ ਨੂੰ ਕਿੱਦਾਂ ਫੜ ਕੇ ਲੈ ਆਂਦਾ, ਕਿਹਨੇ ਫੜ ਕੇ ਲੈ ਆਂਦਾ ਆਪਣਾ ਅੰਮ੍ਰਿਤਸਰ, ਹੂ ਇਜ਼ ਗਿਵਿੰਗ ਹਿਮ ਦਾ ਸਰਟੀਫਿਕੇਟ ਕਿ ਆਪਣਾ ਇੱਥੇ ਨਹੀਂ ਸੀਗਾ, ਆਪਣਾ ਸੀਗਾ, ਹੀ ਵਾਸ ਨਾਟ ਇਨ ਕਥੂਨੰਗਲ, ਬਟ ਉਹਨਾਂ ਸਾਰਾ ਘੁੰਮ ਫਿਰ ਕੇ ਆਇਆ ਤੇ ਆ ਕੇ ਕਥੂਨੰਗਲ ਦੇ ਵਿੱਚ ਉਹਨੇ ਅਰੈਸਟ ਦਿੱਤੀ ਜਾਂ ਉਹਨਾਂ ਨੂੰ ਫੋਰਸਸ ਸੈਰ ਕਰਾ ਕੇ ਲੈ ਕੇ ਆਈਆਂ। ਸੋ ਦਿਸ ਇਜ਼ ਨੌਨਸੈਂਸ, ਇਹ ਸਾਨੂੰ ਇਸ ਤਰ੍ਹਾਂ ਦੀ ਲਾਈਟ ਹਲਕੀ ਗੱਲ ਨਹੀਂ ਕਰਨੀ ਚਾਹੀਦੀ। ਠੀਕ ਹੈ, ਨੰਬਰ ਇੱਕ ਤੋਂ ਆਪਣਾ ਜਿਹੜੀਆਂ ਸੈਂਟਰਲ ਫੋਰਸਸ ਹੈ, ਸੈਂਟਰਲ ਹੈ ਉਹ, ਆਪਣਾ ਪੰਜਾਬ ਇੱਕ ਇੰਟੈਗਰਲ ਪਾਰਟ ਹੈ ਸਾਡੇ ਦੇਸ਼ ਦਾ, ਔਰ ਉਹ ਡਿਊਟੀ ਬਾਉਂਡ ਹੈ ਇਨਪੁਟਸ ਦੇਣ ਲਈ, ਹੈਲਪ ਕਰਨ ਲਈ, ਪਰ ਉਹਨੂੰ ਯੂਜ਼ ਕਰਨਾ ਨਹੀਂ ਕਰਨਾ, ਕਿੰਨਾ ਕਰਨਾ ਕਿੰਨਾ ਨਹੀਂ ਕਰਨਾ ਇੰਟਾਇਰਲੀ ਸਟੇਟ ਸਬਜੈਕਟ ਹੈ। ਇਹ ਆਪਣਾ ਜਿਹੜਾ ਫੜਿਆ ਹੈਗਾ ਆ ਸੈਂਟਰਲ ਏਜੰਸੀ ਨੇ ਨਹੀਂ ਫੜਿਆ, ਉਹਨੂੰ ਫੜਿਆ ਹੈਗਾ ਕਥੂਨੰਗਲ ਪੁਲਿਸ ਨੇ। ਪੁਲਿਸ ਨੂੰ ਪੁੱਛੋ ਕਿ ਤੁਸੀਂ ਇਹਨੂੰ ਕਿੱਥੇ ਕਿੱਥੇ ਲੈ ਕੇ ਗਏ ਸੀ, ਕਿੱਥੇ ਨਹੀਂ ਲੈ ਕੇ ਗਏ ਸੀ। ਸੋ ਇਸ ਤਰ੍ਹਾਂ ਦਾ ਪੈ ਕੇ ਗਲਤ ਗੱਲਾਂ ਕਰਨੀਆਂ, ਗਲਤ ਮੈਸੇਜ ਦੇਣਾ, ਜਾਂ ਆਪਣਾ ਇਹ ਸ਼ੋਅ ਕਰਨਾ ਕਿ ਸਾਨੂੰ ਬਹੁਤ ਜ਼ਿਆਦਾ ਜਾਣਕਾਰੀ ਆ, ਆਈ ਟੋਟਲੀ ਡਿਸਐਗਰੀ। ਆਪਣਾ ਦਾਇਰਾ ਵੱਡੇ ਚੈਨਲ ਦੇ ਵਿੱਚ ਜਿਹੜਾ ਬੰਦਾ ਵਿਊ ਕਰਦਾ ਉਹਦੇ, ਉਹਨੂੰ ਗਲਤ ਮੈਸੇਜ ਨਹੀਂ ਜਾਣਾ ਚਾਹੀਦਾ। ਬਹੁਤ ਬਹੁਤ ਸ਼ੁਕਰੀਆ। ਆਲਰਾਈਟ ਸਰ, ਮੈਂ ਇੱਕ ਤੁਹਾਡੀ ਸਰ ਜਾਣਕਾਰੀ ਥੋੜ੍ਹਾ ਜਿਹਾ ਵਾਧਾ ਕਰਦਾ।
हरियाणा के होम मिनिस्टर है अनिल सर मैं आ रहा तानी साहब हरियाणा से पुलिस ने टिल्लो साहब एक मिनट आ रहे हैं टिल्लो साहब हुन रुक जाओगे अब मैं एक मिनट सवाल ले ला क्योंकि थोड़ी जी जानकारी दे दा जिहड़ा शाहबाद वाला इंसीडेंट सीगा कि शाहबाद दे विच ओह रुकिया सीगा किहड़े घर च रुकिया सीगा उत्थों महिला गिरफ्तार होई सीगी जिन्हें दस्या सीगा कि ओह उत्थे रुकिया सीगा ते अनिल विज साहब दा वी सर बयान आया सीगा कि असीं जिहड़ा हैगा पंजाब पुलिस नूं ते बाकी एजेंसीज नूं जिहड़ा हैगा इनफॉर्म करता सीगा तो उस तो बाद फिर वो लेडी भी जी गिरफ्तार हुई सी अपने सारे की नॉलेज है वो लेडी अजे भी मेरे ख्याल गिरफ्त के ही हैगी है तो बाकी स्टेट्स का तो नहीं पता पर हरियाणा वाला इंसीडेंट वी ऑल नो दिस हैपेंड मैं एक मिनट तानी साहब का पॉइंट लेके आवा कुछ कहना चाह रहे हो कर जी आ रहे हैं इस बार पर जी मैं आऊँगा तानी साहब मैं तो इन्ना के कहना जी देखो इन्हों लदड़ साहब ज्यादा भावुक हो जाने इन्होंने शायद अज की सुनी नहीं हैगी इट वॉज ए ज्वाइंट ऑपरेशन एनआईए ते पंजाब दीयां जिहड़ियां हैगियां पैरामिलिट्री फोर्सेस एंड पंजाब पुलिस दा इट वाज ए जॉइंट ऑपरेशन और दूसरी गल सवाल तां इन्ना क हैगा ना हुण इह जो मर्जी कही जाण मैं इह पुछदा कि 18 मार्च तों पहलां किहड़ी इनपुट हैगी आ उहदे खिलाफ जिहड़ा उहदे उत्ते एनआईए वर्गा जिहड़ा हैगा एफआईआर दर्ज कर दित्ते अज मुंडिआं ते कर दित्तीआं जांदीआं और उहनां नूं अंदर भेज दित्ता जांदा जे जे उहनां ते इस तरह दे गंभीर इल्जाम सी ਤਾਂ ਉਸ ਤੋਂ ਪਹਿਲਾਂ ਇੱਕ ਵੀ ਜਿਹੜਾ ਹੈਗਾ ਕਾਰਵਾਈ ਇਹਨਾਂ ਦੇ ਖਿਲਾਫ ਕਿਉਂ ਨਹੀਂ ਕੀਤੀ ਕਿਉਂ ਨਹੀਂ ਕਿਸੇ ਇੰਟੈਲੀਜੈਂਸ ਜਿਹੜੀ ਹੈਗੀ ਆ ਏਜੰਸੀ ਨੇ ਜਿਹੜਾ ਹੈਗਾ ਇਹਦੇ ਖਿਲਾਫ ਰਿਪੋਰਟ ਦਿੱਤੀ ਐਵੇਂ ਗੱਲਾਂ ਕਰਨੀਆਂ ਜਿਹੜੀਆਂ ਹੈਗੀਆਂ ਦੂਸਰੇ ਦੱਸਣਾ ਅਨਲੌਜਿਕ ਗੱਲਾਂ ਕਰਦੇ ਆ ਜੀ ਇਹਨਾਂ ਇਹ ਹਾਸ਼ੀਏ ਤੇ ਆ ਗਏ ਜੀ ਇਹ ਜਿਵੇਂ 45 ਸੀਟਾਂ ਲਈ ਬੈਠੇ ਹੁੰਦੇ ਆ ਜੀ ਹੈ ਆਪਣੇ ਕੋਲ ਇੱਕ ਨਹੀਂ ਹੈਗੀ ਤੇ ਸਾਡੇ ਕੋਲ ਤਾਂ ਚਲੋ 3 ਹੈਗੀਆਂ ਹੀ ਆ ਹਾਲੇ ਸੋ ਅਹੀਆਂ ਜਿਹੀਆਂ ਗੱਲਾਂ ਨਹੀਂ ਲੱਦੜ ਸਾਹਿਬ ਤੁਸੀਂ ਬਹੁਤ ਸੀਨੀਅਰ ਆਫੀਸਰ ਰਹੇ ਆ ਤੇ ਤੁਹਾਨੂੰ ਇਸ ਤਰ੍ਹਾਂ ਨਹੀਂ ਦੇਖੋ ਇਹ ਜਿਹੜੀ ਗੱਲ ਮੰਨਣ ਵਾਲੀ ਆ ਤੁਹਾਨੂੰ ਮੰਨਣੀ ਪਏਗੀ ਕਿ ਤੁਹਾਨੂੰ ਮੰਨੋ ਕਿ ਇੰਟੈਲੀਜੈਂਸ ਏਜੰਸੀ ਦਾ ਫੇਲਰ ਕਰਕੇ ਔਰ ਤੁਸੀਂ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣੀ ਚਾਹੁੰਦਾ ਗੌਰਵ ਜੀ ਜਿੰਨਾ ਤੁਸੀਂ ਫੋਟੋਆਂ ਦਿਖਾਈਆਂ ਇਟ ਵਾਜ਼ ਅ ਮੀਡੀਆ ਟ੍ਰਾਇਲ ਨਾਟ ਇਸ਼ੂਡ ਬਾਈ ਦਾ ਪੁਲਿਸ ਨਾਟ ਇਸ਼ੂਡ ਬਾਈ ਐਨੀ ਪਰਸਨ ਇਟ ਵਾਜ਼ ਦਾ ਐਫਰਟਸ ਆਫ ਦਾ ਮੀਡੀਆ ਕਿ ਮੀਡੀਆ ਨੇ ਕਿਤੇ ਤੋਂ ਖੰਗਾਲੇ ਕਿਤੇ ਤੋਂ ਕੈਮਰਿਆਂ ਦੀਆਂ ਆਊਟਪੁੱਟਸ ਲਈਆਂ ਔਰ ਉਹ ਜਿਹੜੀਆਂ ਹੈਗੀਆਂ ਆਪਣੇ ਚੈਨਲਾਂ ਤੇ ਦਿਖਾਉਂਦੇ ਰਹੇ ਇਹ ਆਪਣੀ ਪਿੱਠ ਆਪਣੇ ਆਪੇ ਬਾਹਰ ਥਾਪੜੀ ਜਾਂਦੇ ਹੈਗੇ ਬਿਨਾਂ ਮਤਲਬ ਤੋਂ ਬੈਠੇ ठीक है यह बड़ा वड्डा सवाल है एक मिनट मैं प्रभजीत जी को जाके आ रहा है हैज बीन वेटिंग फॉर लॉन्ग प्रभजीत जी क्योंकि सवाल एनएसए जिहड़ा लग्या है हुण पप्पलप्रीत दे उपर भी लग गया अमृतपाल दे उपर भी लगा होया 6 एफआईआर उहदे उपर ऑलरेडी लॉज्ड है थोड़ा जिहा समझना हैगा क्योंकि हुण जिवें धारनी साहब ने कहा बिकॉज ऑफ सम रीजन ही कुंड गो टू डिब्रूगढ़ आसाम जिहड़ी जेल दे विच पर बाकी इन्हां दा पैनल गया होया एनएसए तो भाव थोड़ा जिहा आपां समझ भी लईए ते जिहड़ा लाया ओ वन दूसरा हुण अमृतपाल हैगा तां वैसे फरार है आ जाएगा छेती गिरफ्त के डी जी पी साहब ने अब अमृतसर सवेरे बयान दिता सगा हर हिले असं इन फड़ के ही रहेंगे पप्पलप्रीत थोड़ी देर बाद पप्पलप्रीत का जोड़ा है वो भी आ गया स्टेटमेंट पुलिस का कि असं उसको फड़ लिता है किस तरीके समझिए टैक्निकली लीगली देखो एन एस ए प्रिवेंटिव डिटेंशन एक्ट राइट यह जुर्म रोकथाम एक्ट बनया नैशनल सिक्योरिटी एक्ट वॉज पास्ड बाय द पार्लीमेंट इन 1980 NSA empower the state or center to detain a person without a formal charge and without trial. ठीक है. NSA लगदी क्यों है? NSA जां security of state जां state जां center दी peace भंग कर रहा होवे कोई तो बहुत बड़ा खतरा होवे देश. तो NSA दे अंडर तुसी उन्हूं किसे नूं डिटेन कर सकते हो 10 दिन ਲਈ ਬਿਨਾ ਚਾਰਜ ਕਿਸੇ ਦੱਸੇ ਕੁਛ ਤੇ 12 ਮੰਥ ਤੱਕ ਤੁਸੀਂ ਉਹਨੂੰ ਰੱਖ ਸਕਦੇ ਹੋ ਵਿਦਆਊਟ ਟ੍ਰਾਇਲ ਠੀਕ ਹੈ ਸੋ ਬੜੇ ਇਹ ਹਾਰਡ ਟੌਪਿਕ ਹੈ ਔਰ ਇਹਦੇ ਤੇ ਵੀ ਐਨਐਸਏ ਲੱਗਿਆ ਕਿਉਂ ਪੰਜਾਬ ਦੇ ਨੌਜਵਾਨਾਂ ਤੇ ਇਹ ਐਨਐਸਏ ਲੱਗਿਆ ਕਿਉਂ ਇਹ ਦੱਸਣ ਚ ਪੰਜਾਬ ਸਰਕਾਰ ਭਾਵੇਂ ਸੈਂਟਰ ਸਰਕਾਰ ਅੱਜ ਤੱਕ ਫੇਲ ਹੈ ਦੇਖੋ ਐਨਐਸਏ ਉਹਨਾਂ ਤੇ ਲੱਗਿਆ ਉਹਨਾਂ ਕੋਲ ਮਿਲਿਆ ਕੀ ਜੋ ਉਹਨਾਂ ਕੋਲ ਮਿਲਿਆ ਜੋ ਰਿਕਵਰ ਹੋਇਆ ਆਲ ਵੈਪਨਸ ਵਰ ਨਾਨ ਪ੍ਰੋਹਿਬਿਟਡ ਬੋਰ ਵਿਚ ਵਰ ਟੇਕਨ ਆਫਟਰ ਗੈਟਿੰਗ ਲਾਇਸੈਂਸ ਫਰੋਮ ਗਵਰਨਮੈਂਟ ਸੋ ਉਹਨਾਂ ਕੋਲ ਕੋਈ ਇਹੋ ਜਿਹੀ ਚੀਜ਼ ਦੀ ਬਰਾਮਦ ਨਹੀਂ ਹੋਈ ਸੋ ਇਸ ਗੱਲ ਨਾਲ ਪੰਜਾਬ ਦੀ ਛਵੀ ਕਿੱਥੇ ਗਈ ਹੈ ਐਨਐਸਏ ਲਗਾ ਦੇਣਾ ਇੱਕ ਕਾਨੂੰਨੀ ਅਧਿਕਾਰ ਕਿਸੇ ਤੋਂ ਖੋਹ ਲੈਣੇ ਕਿਉਂਕਿ ਸੀਆਰਪੀਸੀ 50 ਸਾਨੂੰ ਦੱਸਦਾ ਵੀ ਤੁਸੀਂ ਫੜ ਰਹੇ ਹੋ ਤਾਂ ਕਿਉਂ ਫੜ ਰਹੇ ਹੋ ਔਰ ਇਹਦੇ ਵਿੱਚ ਐਸਾ ਕੋਈ ਅਧਿਕਾਰ ਨਹੀਂ ਹੈ ਸੀਆਰਪੀਸੀ 22-1 ਧਾਰਨੀ ਸਾਹਿਬ ਬੈਠੇ ਨੇ
वकील करन दा राइट ही नहीं रहिंदा एन एस ए दे विच और सी आर पी सी 56-76 दे विच 24 घंटे दे विच मैजिस्ट्रेट दे सामने पेश करना हुंदा है। सो एन एस ए दे विच ऐसी कोई प्रोविजन नहीं। सो एडे तुसी हार्ड क्रिमिनल उन्होंने बनाता पर ठीक है तुसी लोकां सामने उन्हां दी छवि ओ रख नहीं पाए। पर जी जी एक सवाल होर, एक सवाल होर, गवर्नमेंट दा ए सांझा ऑपरेशन सी ठीक है। एन आई ए हां एन आई ए एजेंसियां तो बिना उन्हां दी नॉलेज तो बिना ए ट्रैप नहीं सी हो सकता और ये फ्लॉप ट्रैप रहा भावें सेंटर का। देखो जिन्नियां भी अखबारां आईयां जिन्नियां भी चलदियां रहियां वो ये कहदियां ने भी ऑपरेशन अमित शाह होम मिनिस्टर के अंडर चल रहा है। अज कुछ साबित नहीं कर पा रहे तो बीजेपी वाले भज रहे ने इस गल तो। सो अपने ट्रैक ते रहो। ये जो लॉ ने सारे ड्रैकेनियन लॉ ने सारे इस करके पहला टाडा पोटा सब खत्म किए गए। आई पी एस अपने आप दे विच सफिशेंट लॉ है जिसनों अगर सही तरीके किया जाए क्योंकि उन्होंने अजनाले अजनाले जो कांड किया उसके उपर 153, 186, 353, 307 बड़िया धारावं लग सकती जिस 10 साल की सज़ा भी हो सकती थी पर ये सारे ड्रैकोनियन लॉ ने ड्रैकोनियन है गे है। बहुत बहुत ज़्यादा जटिल तो औखे तो खतरनाक है ड्रैकोनियन है। इट रिमाइंड्स अस ऑफ द प्रीवियस इराज। पर सर सवाल पता की है तुम क्या उन्होंने को रिकवर की होया जिहड़े नॉन प्रोहिबिटेड जिहड़े बोर दे वैपनस है अगर उन्होंने तो रिकवर हो उनके उपर तो एन एस ए नहीं लग सकता कि वो जिस तरीके दे बारे सोच रहे थे सूबे नू वख करन दे सैपरेटिस्ट वखवादी सोच या ऐसा चीज़ा जिहड़ियां तुहानूं लगता कि पुलिस ने दसियां कि इस दे कारण इन्हां दे उपर एन एस ए लग सकता अदर दैन द वैपनस यू आर टैलिंग। देखो आर्टिकल 20 तुहानू राइट दिंदा तुसी कोई भी गल कर सकते हो। ए तो आर एस एस दे मोहन भागवत हिंदू राष्ट्र की कदों की मंग कर रहे ने इन्हां दे एन एस ए ना लगाता तुसी। गल इह भी किसे दा कहना ते किसे दी मंशा ते ओह कर की रहा उहदे पिछे हो की रहा इह भी तां लॉजिक देखना पएगा। इह पुलिस दस सकदी है वी होया कित्थे है अमृतपाल कित्थे है कित्थे नहीं उदों कदों पेश करना कोई वखरा मुद्दा है ठीक है। एक चीज़ होर हो सकती है प्रभजीत जी सवाल यह भी खड़ा होंगे तुम क्या कि दस सकते हैं कि पता ये मतलब कि इन्नी क्लासीफाइड जानकारी होवे जिहड़ी दसी ही नहीं जा सकती है इन द पब्लिक डोमेन जिस करके लग्या होवे क्योंकि तुम्हें लगता कि पुलिस ते एजेंसियां सारियां मतलब कि इन्ना गलत काम कर लेणगियां। इज इट सो ईजी क्योंकि जाना तो फिर अदालत के कोल ही है ना उत्थे की करनगियां। देखो यही तो इस करके तो एन एस ए लगाई है भी सानू अदालत च जाना ना पवे ओके एडवाइजरी बोर्ड कोल पेश होणगे इन्होंने इस करके तो इन किन्ना इतने टॉर्चर किया जा सकता है जो उन्होंने को है जा नहीं है तो पुलिस ज एजेंसियां दस सकदियां ने पर एजेंसियां इस गल तो नहीं पा सकदियां या सेंटर सरकार नहीं पा सकती भाई ये सांझा ऑपरेशन सी और सेंटर ने पूरा पंजाब के नाल मिलकर ऑपरेशन किया है। लद्दड़ साहब टू आंसर दिस ऑल राइट लद्दड़ साहब सांझा ऑपरेशन सीगा वी जस्ट कांट गो अवे बाय मेयरली सेइंग सिर्फ ये कह के कि जी स्टेट का डिस्क्रिशनरी पावर हैगी है सिर्फ स्टेट ही रिस्पोंसिबल है। सर स्टेट की तो कुर्सी दिखाती सर असी अपने वाला पार्ट सर आप दसीए क्योंकि सारे कह रहे हैं कि बिना सेंटर की परमिशन हेल्प सपोर्ट सजैशन इट्स नॉट पॉसिबल तनि समय आऊँगा। वालिया जी बिल्कुल ठीक है प्रावी ठीक कह रहे हैं कि तुसी इस गल की इजाजत दोगे पंजाबी गल की इजाजत देगा कि सेंटर अखा मीट के बैठा रहे जे स्टेट नू लोड है ते स्टेट मंग कर रहा है ते सेंटर बिल्कुल कर देवे कि करो ना करो सेंटर दी ड्यूटी है। सो सेंटर अगर उन्हें नू ड्यूटी दे रहा हेल्प दे रहा इनपुट दे रहा और उन्हें दे नाल मिलके उन्हें दी हेल्प कर रहा तो इहदे च की गलत कर रहा एन आई ए की कर रही है फिर हाँ जी एन आई ए की कर रही है थोड़ी एजेंसियां। मुंडिया तारनी साहब
ਤਾਰਨੀ ਸਾਹਿਬ ਮੈਂ ਆ ਰਿਹਾ ਸੰਧੂ ਸਾਹਿਬ ਇੱਕ ਮਿੰਟ ਆ ਰਿਹਾ ਦੋਸ਼ੀ ਹੈਗੇ ਆ ਮੈਂ ਇੱਕ ਮਿੰਟ ਆ ਰਿਹਾ ਸਰ ਆ ਰਿਹਾ ਵੀ ਟ੍ਰਾਈਡ ਅੰਡਰ ਦਾ ਲਾ ਸੰਧੂ ਸਾਹਿਬ ਆ ਰਿਹਾ ਇੱਕ ਮਿੰਟ ਤਾਰਨੀ ਸਾਹਿਬ ਚਾਹੇ ਐਨਐਸਏ ਹੋਵੇ ਚਾਹੇ ਸਟੇਟ ਗਵਰਨਮੈਂਟ ਦਾ ਕਾਨੂੰਨ ਹੋਵੇ ਸੀਆਰਪੀ ਕਿ ਸੀਆਰਸੀਪੀ ਹੋਵੇ ਕੋਈ ਕਾਨੂੰਨ ਹੋਵੇ ਜੋ ਵੀ ਲਾ ਆਫ ਦਾ ਲੈਂਡ ਹੈ ਉਹਦੇ ਅੰਡਰ ਉਹਨਾਂ ਦਾ ਟ੍ਰਾਇਲ ਹੋਣਾ ਬਣਦਾ ਆ ਨਹੀਂ ਤਾਂ ਫਿਰ ਥਾਣੇ ਤੇ ਕਬਜ਼ੇ ਸ਼ੁਰੂ ਹੋ ਗਏ ਫਿਰ ਸੈਕਟਰੀਏਟ ਤੇ ਕਬਜ਼ਾ ਹੋਣਾ ਤੇ ਆਰਮੀ ਦੇ ਉੱਤੇ ਕਬਜ਼ਾ ਹੋ ਜਾਏਗਾ ਫਿਰ ਤਾਂ ਇਹ ਆਪ मदद करनी पई कहिंदे कहिंदे हुण इस करके हुण जिहड़ा है अमृतपाल नूं भी फड़ लांगे सवाल यह है फड़ना तो है ही है ना सर लगा होया दिल्ली में फड़े आ सारे पुलिस सारी एजेंसियां जेड़े गलत बंदे आ उन्हां नूं फड़न लई एक्टिव हैगियां ठीक है ए यही गल है सर गल यही है गल तो यही है ना कि एक्टिव होनी चाहिए है ये चंगी गल है धारनी साहब इक करके सारे कोल आ रहे सर मैनू अज समझ नहीं आ रही भी लदर साहब की कह रहे हैं देखो आईपीसी बिल्कुल जिस तरह वकील साहब ने दसिया है आईपीसी सफिशिएंट हैगी आ असी जे कोई बंदा कानून तोड़ता है असी उहदे हक दे विच नहीं हैगे असी जिहड़ा हैगा तुहाडे चैनल ते बैठ के डिबेट करते रहे हैगे आ कि जे किसी ने कोई कानून अपने हाथ दे विच लिया जे उन्हां कोल इलीगल वैपन हैगे आ तां उन्हां ते 25 27 54 60 आर्म्स एक्ट दे लगदे हैगे आ जे उन्हां ने जिहड़ा हैगा पुलिस दे उत्ते गवर्नमेंट सर्वेंट ते चक्या हैगा तां 153 लगदी हैगी आ जे उन्होंने इस तरह का एक्ट किया 307 लगती है 324 25 26 जेड़ियां जेड़ियां मर्जी ला लो पर सवाल यह है कि एनएसए लाउणा यह उस तरह का ही वरतांत रचा जा रहा जिवें 84 तो बाद हरिमंदर साहब के उत्ते नाले अटैक कांग्रेस वालों किया गया नाले पंजाब के लीडरां नूं चक के श्रोमणी अकाली दल के लीडरां नूं ढाई ढाई तीन तीन साल जिहड़ा हैगा एनएसए थले जिहड़ा हैगा अदालतां उहदे विच जेलों के रखा गया उही काम जिहड़ा अज सेंटर कर रही हैगी है सेंटर दियां एनआईए दियां जिहड़ियां एजेंसीज हैगियां उन्होंने जदों उन्होंने धरा धर लाइसेंस दिते जा रहे सी जदों उन्होंने कोल लाइसेंस लैके जिहड़े हथियार तुरदे सी चेक करना चाहीदा सी जिहड़े साडे कोल लाइसेंस हैगे आ सानू जिहड़ा हैगा बलाबला साडे लाइसेंस तानी साहब सवाल इह है तुसीं कह रहे हो कि वख-वख धाराओं दे तहत जे मामले बणदे सीगे मामले दर्ज हो जाने चाहीदे सीगे जे मामला ही देश द्रोह का होपोज सडिशन हो देश तो वक्वादी सैपरेटिस्ट वाला हो देश को तोड़न वाला होबे को तोड़न वाला होटर से की करेगी ये कह रहे लद्दड़ साहब फिर सेंटर अखा बंद नहीं बैठ सकती मेरा जवाब सुन लो हाँ जी 18 तरीक तो पहला या 18 तरीक तो बाद जो तक मुंडिया फड़न के बचाले कोई इस तरह की कोई कार्रवाई कोई FIR कोई इस तरह की देश द्रोह की गल जिहड़ी हैगी आ कोई थोड़े सामने होवे बिल्कुल उन्होंने सही कहा कि कॉन्स्टिट्यूशन सानू राइट दिंदा हैगा ठीक है मैं चलो समय आ रहे हैं प्लीज बी पेशेंट आ रहे हैं सरदार सिमरनजीत सिंह मान दे खिलाफ जिहड़ा खालिस्तान जिंदाबाद दे नारे ते सुप्रीम कोर्ट ने कहा कि तुसीं कह सकदे आ हर बंदे नूं हक हैगा अपनी गल कहण दा कॉन्स्टिट्यूशन दे मुताबिक अपनी डिमांड रखण दा ठीक है पर पीसफुली पीसफुली सर कहण ते करण च फर्क है ना कहण ते करण च फर्क है ना बिल्कुल बिल्कुल हां मन रहे हो ना तुसी जे कोई बंदा ड्रॉप करता हैगा ओदे खिलाफ ठीक है राइट राइट मैं संधू साहब दा पॉइंट लेके आया राइट सर राइट मैं सर पॉइंट लेके काफी देर दी वेट कर रहे संधू साहब की कहना चाह रहे सर इस तरह की गल हो रही थी वकील साहब एनएसए बारे गल कर रहे थे 84 तो पहला मैं दो बारी एक एक साल एनएसए च अंदर रहा आई वॉज नॉन पोलीटिकल मैं किसी एक्टिविटी इनवॉल्व नहीं सी सिर्फ मेरा कसूर यह कि मैं हरमिंदर सिंह संधू का ब्रदर हाँ तो एनएसए की लगती कि मैं टेलर को कपड़े लै रहा मैनू अरैसट करके तो एनएसए ला दी जाती है कि बाबा साहब चौंक च यह खालिस्तान का झंडा लहरा रहा है मतलब हुण भी जेड़े इनोसेंट पीपल जिन्हां ते होर कोई कार्रवाई नहीं हो सकती ना जिन्हों मर्जी फड़ के तुसीं नैशनल सिक्योरिटी एक्ट अंदर कर दिओ कोई सुनवाई नहीं 3 महीनों बाद बोर्ड दे पेश होना बोर्ड सरकारां दा हुंदा उन्हें कदी तुहानूं कोई इंसाफ नहीं देना अदालत विच तुसीं जा नहीं सकदे हुण जिहड़ी अज डिस्कशन हो रही आ मुकदी गल इह आ कि सेंटर ते पंजाब रल के ड्रामा खेड रहे आ भगवंत सिंह मान ने जदों 15 कंपनियां 15 की मंगण गया उदों ही अमित शाह जी कोल गोडे टेक आया सी
उस तो बाद उन्होंने मुताबक जो उन्होंने डायरेक्शन ने उदे मुताबक काम हो रहा 18 तरीक तक ते कोई किसी तरह का कोई इस तरह का क्राइम नहीं सी हैगा और जेड़े बंदे अज एनएसए च ओ डिब्रूगढ़ जाके बंद किए गए और वकील नूं मिल नहीं दिता जा रहा ये किन्ना कानूनी आ किन्नी कानून की पालना आ गल फिर उत्थे आ जांदी आ कि सिखां नूं मोहरा चेहरा बना के आ हुण मतलब एक एसएसपी लैवल दे रैंक दी ऑफिसर आ लेडी ऑफिसर आ वो खालसा राज दी निशानियां नूं हुगा बना के वेखो जी ये खालिस्तान बनाउणा चाहुंदे आ जी आ खालिस्तान दे झंडे आ जी गल ते इह आ मुकदी कि किस तरह सिख कौम नूं कदी मुसलमानां नूं वरत लिया कदी सिखां नूं वरत लिया ठीक है वो सिख जिहड़े पंजाब जिहड़ा आ वो द्वार बन के सिख खलोते रहे ने उत्ते ताड़वियां नूं रोकण दे लई ਅੱਜ ਉਹਨਾਂ ਸਿੱਖਾਂ ਨੂੰ ਜ਼ਲੀਲ ਕੀਤਾ ਜਾ ਰਿਹਾ ਸੰਦੂ ਸਾਹਿਬ ਮੈਂ ਤੁਹਾਨੂੰ ਅਪਡੇਟ ਕਰਦਾ ਇੱਕ ਤੁਹਾਨੂੰ ਅਪਡੇਟ ਕਰਦਾ ਐਨਐਸਏ ਦੀ ਧਾਰਾ ਜਿਨ੍ਹਾਂ ਦੇ ਉੱਪਰ ਨੌਜਵਾਨਾਂ ਦੇ ਉੱਪਰ ਲੱਗੀ ਹੈ ਡਿਬਰੂਗੜ੍ਹ ਦੇ ਵਿੱਚ ਜਿਹੜੀ ਧਰਨੀ ਸਾਹਿਬ ਵਾਲਾਂ ਦੀ ਟੀਮ ਹੈ ਉਹ ਜਾ ਕੇ ਮੁਲਾਕਾਤ ਉਹਨਾਂ ਨੇ ਉਹਨਾਂ ਨਾਲ ਕਰ ਲਈ ਤੁਸੀਂ ਕਹਿ ਰਹੇ ਹੋ ਨਹੀਂ ਮਿਲਣ ਦਿੱਤਾ ਜਾ ਰਿਹਾ ਇਹਨਾਂ ਨੇ ਮੁਲਾਕਾਤ ਕਰ ਲਈ ਸਾਡਾ ਵਕੀਲ ਇਮਾਨ ਸਿੰਘ ਖਾਰਾ ਗਿਆ ਉਹ ਖਾਲੀ ਹੱਥ ਵਾਪਸ ਆਇਆ ਉਹਨੂੰ ਸਰ ਇਹਨਾਂ ਨੇ ਮੁਲਾਕਾਤ ਕਰ ਲਈ ਸਰ ਐਸਜੀਪੀਸੀ ਦੀ ਟੀਮ ਨੇ ਤਾਂ ਕਰ ਲਈ ਸਰ ਮੈਂ ਤੁਹਾਨੂੰ ਵੈਸੇ ਅਪਡੇਟ ਕਰ ਰਿਹਾ ਇਹਨਾਂ ਦੀ ਟੀਮ ਨੇ ਕਰ ਲਈ ਠੀਕ ਹੈ ਪਪਲਪ੍ਰੀਤ ਜਿਹੜਾ ਉਸੇ ਪਾਸੇ ਗ੍ਰਿਫਤਾਰ ਹੋਇਆ ਕੀ ਸਮਝੀਏ ਕਿ ਸਿਗੇ ਪੰਜਾਬ ਦੇ ਵਿੱਚ ਹੀ ਜਾਂ ਘੁੰਮਣ ਦੇ ਲਈ ਗਏ ਸੀ ਥੋੜੇ ਦਿਨ ਘੁੰਮ ਕੇ ਫਿਰ ਵਾਪਸ ਆ ਗਏ 10-15 ਦਿਨ ਘੁੰਮਦੇ ਰਹੇ ਘੁੰਮ ਕੇ ਮੁੜ ਤੇ ਕੀ ਕਰਕੇ ਆਇਆ गौरव जी यही सवाल मैं थोड़ी देर पहला बीजेपी दे प्रवक्ता जी नु कीता सी कि जड़ी हरियाणा पुलिस ने उस लेडी खिलाफ कार्रवाई की थी क्यों की थी ये मैनु कहंदे कि भाई ताडे कोल कोई डॉक्यूमेंट्री प्रूफ है मैं इन्हां नु दसना चाहना कि साडे कोल कोई प्रूफ नहीं तुहाडी हरियाणा पुलिस ने प्रूफ दिता सी सो मतलब ये है कि जिथे पंजाब सरकार दी फेलियर सी उथे तुहाडी भी फेलियर है ते इस डिबेट दे विच इक बड़ा अहम सवाल उठदा है कई बुलारिया वालों कहा गया कि एनएसए नहीं सी लगना चाहिए सो अगर कोई शख्स देश नू वखरा बनाउण दी गल करदा है देश नू तोड़न दी गल करदा है अगर उसके खिलाफ नहीं एनएसए लगना तां फिर किसके खिलाफ लगना चाहिए है ये भी स्पष्ट कर देन तीसरी गल गौरव जी मैं अकाली दल नू पूछना चाहना कि बिक्रमजीत सिंह मजीठिया जिन्होंने फरवरी महीने विच एक बयान दिता सी कि मैनू 10 मिनट दे दियो मैं अमृतपाल नू बंदा बना देंगा नाल ही उन्हें कहा थी कि देश नू अगर तोड़न वालियां नू मैनू कुर्बानी देनी पई तां बिक्रम मजीठिया सब तो अगे होएगा ते मार्च शुरू विच हरसिमरत कौर बादल ने 4 मार्च नू पार्लीमेंट दे बाहर एक बयान दिता सी कि पंजाब नू तोड़न की कोशिश की जा रही है हिंदुस्तान नू तोड़न की कोशिश की जा रही है तो सरकार कुछ नहीं कर रही ठीक है समा खत्म हो रहा है अज एक ਉਲਟੇ ਪਾਸੇ ਅੱਜ ਉਲਟੇ ਪਾਸੇ ਹੋ ਗਏ ਨੇ ਮੇਰਾ ਸਵਾਲ ਅਕਾਲੀ ਦਲ ਕੋ ਇਹ ਕਿ ਅਕਾਲੀ ਦਲ ਧਰਮ ਦੀਆਂ ਵੋਟਰਾਂ ਕੈਪਚਰ ਕਰ ਲਈ ਧਰਮ ਵਾਲੀ ਜ਼ਮੀਨ ਦੁਬਾਰਾ ਤੋਂ ਪੰਜਾਬ ਵਿੱਚ ਬਣਾਉਣ ਲਈ ਦੋਹਰਾ ਮਾਪਦੰਡ ਕਰ ਰਹੀ ਹੈ ਆਲ ਰਾਈਟ ਤਾਨੀ ਸਾਹਿਬ ਟੂ ਆਨਸਰ ਦਿਸ ਪਹਿਲਾਂ ਇਹਨਾਂ ਦਾ ਬਿਆਨ ਹੋ ਗਿਆ ਸੀ ਅੱਜ ਹੋਰ ਨਹੀਂ ਸਰ ਸਮਾਂ ਖਤਮ ਹੋ ਰਿਹਾ ਹੁਣ ਸਮਾਂ ਖਤਮ ਹੋ ਰਿਹਾ ਤਾਨੀ ਸਾਹਿਬ ਕੁਇਕਲੀ 30 ਸੈਕਿੰਡਸ ਅਸੀਂ ਤੁਹਾਡੇ ਕੋਲ ਡਿਬੇਟਾਂ ਦੇ ਵਿੱਚ ਬੈਠਦੇ ਰਹੇ ਆ ਜੀ ਅਸੀਂ ਕਹਿੰਦੇ ਆ ਕਿ ਜੇ ਕਿਸੇ ਨੇ ਲਾਅ ਨੂੰ ਆਪਣੇ ਹੱਥ ਦੇ ਵਿੱਚ ਲਿਆ ਤਾਂ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈਗੀ ਆ ਪਰ ਇਸ ਤਰ੍ਹਾਂ ਦੇ ਹਾਰਡ ਰੂਲ ਬਣਾ ਕੇ ਇੱਕ ਪਾਰਟੀਕੂਲਰਲੀ ਜਿਹੜਾ ਹੈਗਾ ਘੱਟ ਗਿਣਤੀ ਦੇ ਖਿਲਾਫ ਇਸ ਤਰ੍ਹਾਂ ਦੀ ਕਾਰਵਾਈ ਕਰਨੀ ਬਿਲਕੁਲ ਗਲਤ ਹੈ ਘੱਟ ਗਿਣਤੀ ਐਂਡ ਪਾਰਟੀਕੂਲਰ ਪਰਸਨ ਦੋਵੇਂ ਅੱਡ ਅੱਡ ਚੀਜ਼ਾਂ ਦੂਜੀ ਗੱਲ ਵਕੀਲ ਸਾਹਿਬ ਪੜ੍ਹੇ ਲਿਖੇ ਤਾਂ ਬਹੁਤ ਹੈਗੇ ਆ ਇਹਨਾਂ ਨੂੰ ਕਹੋ ਜੀ ਬੀ ਐਸ ਸਿੱਧੂ ਦੀ ਕਿਤਾਬ ਪੜ੍ਹ ਲੈਣ ਇਹ ਕਿ ਕਿਸ ਤਰ੍ਹਾਂ ਇਹਨਾਂ ਨੇ ਜਿਹੜਾ ਹੈਗਾ 1984 ਤੋਂ ਪਹਿਲਾਂ ਕਿਸ ਤਰ੍ਹਾਂ ਦੇ ਹਾਲਾਤ ਬਣਾਏ ਗਏ ਸਾਰਾ ਕੁਛ ਤਾਂ ਇਹਨਾਂ ਦੇ ਉੱਤੇ ਪਰਚੇ ਦਰਜ ਹੋਣੇ ਚਾਹੀਦੇ ਸੀ ਔਰ ਨੰਬਰ 2 ਜਿਹੜੀ ਪੁਲਿਸ ਗਾੜੀ ਚ ਕੀ ਕੀਤਾ ਜਿਹੜਾ ਹੈਗਾ ਝੰਡੇ ਦੀ ਗਾੜੀ ਚ ਕੀ ਕੀਤਾ ਬਸ ਕਰੋ ਟਿਲੋ ਸਾਹਿਬ ਇੱਕ ਮਿੰਟ ਜਦੋਂ ਇਹ ਹਟ ਗਏ ਜੀ ਮੈਨੂੰ ਦੱਸਿਓ ਨਹੀਂ ਨਹੀਂ ਉਹ ਹਟ ਗਏ ਨੇ ਮੈਂ ਫਿਰ ਅੱਗੇ ਜਾਣਾ ਸੀ ਜਦੋਂ ਦੇਖੋ ਜਦੋਂ ਮੋਹਲ ਆਪਣਾ ਪੁਲਿਸ ਜਿਹੜੀ ਹੈਗੀ ਆ ਉਹ ਖਾਲਿਸਤਾਨ ਦੇ ਝੰਡੇ ਦੱਸ ਰਹੀ ਆ ਕਿਸੇ ਚੀਜ਼ ਨੂੰ ਦੱਸਦੀ ਆ ਉਹ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਨੇ ਸਾਰਾ 50 ਸਾਲ ਰਾਜ ਜਿਹੜਾ ਹੈਗਾ ਇਹ ਅਫਗਾਨਿਸਤਾਨ ਤੱਕ ਕਰਿਆ ਉਸਦੇ ਝੰਡੇ ਦੇ ਉੱਤੇ ਉਸਦੇ ਉਰਦੂ ਦੇ ਵਿੱਚ ਲਿਖੇ ਅਕਾਲ ਸਾਹਿਬ ਦੇ ਉੱਤੇ ਕਿਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਗਈਆਂ ਤੁਹਾਡੇ ਸਾਹਮਣੇ ਹੈ ਉਹਦੇ ਪਿੱਛੇ ਕੀ ਸਿਰਜਣਾ ਸਿਰਜੀ ਜਾ ਰਹੀ ਹੈ ਇਹ ਸੋਚਣ ਵਾਲੀ ਗੱਲ ਹੈ ਲੱਦੜ ਸਾਹਿਬ ਤੋਂ ਆਨਸਰ ਲੱਦੜ ਸਾਹਿਬ ਫਿਰ ਇਹਦਾ ਪੈਮਾਨਾ ਕੀ ਹੋਏਗਾ ਕੌਣ ਗਲਤ ਕਰ ਰਿਹਾ ਕੌਣ ਸਹੀ ਕਰ ਰਿਹਾ
ਦੇਖੋ ਆਪਣਾ ਵਾਰ ਵਾਰ ਆਪਾਂ ਪਾਣੀ ਚ ਮਧਾਣੀ ਪਾਵਾਂਗੇ ਮੱਖਣ ਨਹੀਂ ਨਿਕਲਣਾ ਗੱਲ ਉਹੀ ਹੈ ਜਿੰਨਾ ਮਰਜ਼ੀ ਜਾਓ ਦੇਖੋ ਆਪਣੇ ਵੱਖ ਵੱਖ ਜਿਹੜੇ ਬੁਲਾਰੇ ਆ ਉਹ ਮੈਨੂੰ ਇਹ ਜਾਪਦਾ ਹੈਗਾ ਆ ਕਿ ਕਾਇਦੇ ਕਾਨੂੰਨ ਦੇ ਮੁਤਾਬਕ ਗੱਲ ਨਹੀਂ ਕਰ ਰਹੇ ਆਪਣਾ ਆਪਣਾ ਏਜੰਡਾ ਲੈ ਕੇ ਬੈਠੇ ਆ ਅੱਜ ਜੇ ਆਪਣਾ ਆਮ ਆਦਮੀ ਪਾਰਟੀ ਇੱਥੇ ਬੈਠੀ ਹੁੰਦੀ ਤਾਂ ਉਹ ਜਵਾਬ ਦੇ ਸਕਦੀ ਸਾਰਿਆਂ ਦਾ ਹੀ ਕਿ ਕੌਣ ਕੀ ਕਹਿ ਰਿਹਾ ਕੌਣ ਸਵਾਲ ਕੀ ਕਰ ਰਿਹਾ ਹੈਗਾ ਇਹ ਕੰਸਰਨ ਹੈ ਤੁਹਾਡਾ ਵੀ ਮੇਰਾ ਵੀ ਸਾਰੇ ਪੰਜਾਬੀਆਂ ਦਾ ਕੰਸਰਨ ਹੈ ਕਿ ਪੱਪਨਪ੍ਰੀਤ ਨੂੰ ਫੜਿਆ ਤਾਂ ਮੈਂ ਐਪਰੀਸ਼ੀਏਟ ਕਰਦਾ ਹੈਗਾ ਪੰਜਾਬ ਪੁਲਿਸ ਨੂੰ ਉਹ ਕਿਹਨਾਂ ਹਾਲਾਤਾਂ ਦੇ ਵਿੱਚ ਲੇਟ ਫੜਿਆ ਕਿਉਂ ਫੜਿਆ ਪਹਿਲੇ ਉਹਨਾਂ ਦੇ ਕੋਲ ਸੀ ਇਹ ਵੱਖਰੀ ਗੱਲ ਹੈ ਤੇ ਦੂਜੀ ਗੱਲ ਹੈਗੀ ਆ ਕਿ ਜਿਹੜਾ ਆਪਣਾ ਅੰਮ੍ਰਿਤਪਾਲ ਹੈ ਉਹ ਵੀ ਫੜਿਆ ਜਾਣਾ ਚਾਹੀਦਾ ਹੈਗਾ ਆ ਚਾਹੀਦਾ ਜੇ ਉਹ ਇਨੋਸੈਂਟ ਹੈ ਸਮਾਂ ਖਤਮ ਹੋ ਗਿਆ ਮੇਰੇ ਕੋਲ ਅੰਮ੍ਰਿਤਪਾਲ ਕਦੋਂ ਪਕੜ ਦੇ ਵਿੱਚ ਆਏਗਾ ਕਿਉਂਕਿ ਅੱਜ ਪੱਪਨਪ੍ਰੀਤ ਜਿਹੜਾ ਉਹ ਕੱਥੂ ਨੰਗਲ ਤੋਂ ਉਸਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੁਣ ਕਿੰਨੇ ਦਿਨ ਹੋਰ ਲੱਗਣਗੇ ਅੰਮ੍ਰਿਤਪਾਲ ਤੱਕ ਪੁਲਿਸ ਨੂੰ ਪਹੁੰਚਣ ਦੇ ਲਈ ਇਹ ਵੱਡਾ ਸਵਾਲ ਹੈਗਾ